ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਪ੍ਰੇਮ ਲਹਿਰੀ ਅਤੇ ਅੱਜ ਤੁਹਾਨੂੰ ਮਿਲਾਵਾਂਗੇ ਜੁਗੇਸ਼ ਮਹਾਂਤੀ ਜੀ ਦੇ ਨਾਲ। ਜੁਗੇਸ਼ ਜੀ, ਆਪਾਂ ਚੱਲਦੇ ਹਾਂ ਦੁਬਾਰੇ ਫਿਰ ਅਮੈਰੀਕਾ। ਜੀ, ਤੁਸੀਂ 2007 ਦੇ ਵਿੱਚ ਗਏ। ਜੀ, ਤਾਂ ਹੁਣ ਅਮੈਰੀਕਾ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਡਾਲਰ ਹੈ ਉਹੀ ਤੋੜੀ ਦੇਣੀ, ਮਤਲਬ ਮਿਹਨਤ ਕਰਨੀ ਪੈਂਦੀ ਹੈ। ਜੀ, ਤੁਸੀਂ ਥੋੜ੍ਹਾ ਉਹਦੇ ਆਪਣੇ ਸਫ਼ਰ ਦੇ ਬਾਰੇ ਦੱਸੋ, ਸਟਾਰਟਿੰਗ ਤੋਂ ਲੈ ਕੇ, ਮਤਲਬ ਕਿਸ ਕਿਸ ਤਰ੍ਹਾਂ ਦਾ ਤੁਸੀਂ ਦੱਸਿਆ ਵੀ ਹਾਰਡ ਵਰਕ ਕੀਤਾ ਉੱਥੇ, ਕੀ ਕੀਤਾ ਔਰ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉੱਥੇ ਤੁਹਾਡਾ ਤੁਹਾਨੂੰ ਸਾਹਮਣਾ ਕਰਨਾ ਪਿਆ? ਹਾਂਜੀ, ਜਿਵੇਂ ਮੈਂ ਉਦੋਂ ਵੀ ਥੋੜ੍ਹਾ ਜਿਹਾ ਤੁਹਾਨੂੰ ਬੈਕ ਲੈ ਕੇ ਦੱਸੂੰਗਾ। ਜੀ, ਮੈਂ 2004-5 ਦੀ ਗੱਲ ਕਰ ਰਿਹਾ। ਜੀ, ਉਦੋਂ ਜੀ ਜਿਵੇਂ ਮੇਰਾ ਸਵੱਬ ਬਣਿਆ ਅਮੈਰੀਕਾ ਜਾਣ ਦਾ, ਮੈਂ ਅਮੈਰੀਕਾ ਜਾਣ ਦੇ ਵਿੱਚ ਇੱਛੁਕ ਨਹੀਂ ਸੀਗਾ, ਪਰ ਉਸ ਟਾਈਮ ਜਿਹੜਾ ਮੇਰਾ ਕਜ਼ਨ ਸੀਗਾ ਜੀ ਸਿਧਾਰਥ ਜੀ, ਉਹ ਉੱਥੇ ਅਮੈਰੀਕਾ 'ਚ ਸੀਗਾ ਔਲਰੇਡੀ, ਤਾਂ ਉਹਦਾ ਵੀ ਉੱਥੇ ਮਨ ਨਹੀਂ ਲੱਗਦਾ ਸੀਗਾ, ਤਾਂ ਉਹ ਕਹਿੰਦਾ ਵੀ ਯਾਰ ਜਾਂ ਤਾਂ ਮੈਂ ਵਾਪਸ ਆਉਣਾ ਜੀ ਅਤੇ ਜਾਂ ਮੇਰੇ ਨਾਲ ਕੋਈ ਚੱਲੋ। ਤਾਂ ਫਿਰ ਡੈਡੀ ਕਹਿੰਦੇ ਚੱਲ ਤੂੰ ਇਹਨੂੰ ਲੈ ਜਾ। ਤਾਂ ਇਹਨਾਂ ਦੇ ਵਿੱਚ ਉਹ ਕੋਇਨਸੀਡੈਂਸੀ ਸੀਗਾ ਜੀ, ਉਹ ਜਿੱਥੇ ਉਹ ਕੰਮ ਕਰਦਾ ਸੀਗਾ, ਉਹ ਜਿਹੜੀ ਕੰਪਨੀ ਸੀਗੀ ਫੋਰਡ ਦੇ ਵਿੱਚ ਉਹ ਸੇਲਸਮੈਨ ਸੀਗਾ ਜੀ। ਤਾਂ ਜਿਹੜੀ ਉਹਦੀ ਬੌਸ ਸੀਗੀ, ਮੈਨੇਜਰ ਸੀਗੀ, ਉਹਨੇ ਉਹਨੂੰ ਕੰਮ ਸਿਖਾਇਆ ਸੀਗਾ। ਕਵਿਤਾ ਉਹਦਾ ਨਾਮ ਸੀਗਾ, ਗੋਰੀ ਸੀਗੀ, ਅਤੇ ਉਹ ਪਰ ਉਹ ਇੰਨੇ ਵਧੀਆ ਫਰੈਂਡ ਸੀਗੇ ਤਾਂ ਵੀ ਉਹਨਾਂ ਦਾ ਘਰ ਆਉਣਾ ਜਾਣਾ ਰਹਿੰਦਾ ਸੀਗਾ। ਤਾਂ ਕੀ ਹੋਇਆ, ਇੱਕ ਦਿਨ ਜਿਹੜਾ ਮੇਰਾ ਵੱਡਾ ਬ੍ਰਦਰ ਹੈਗਾ, ਇਹਦੇ ਵਿਆਹ ਦੀ ਮੂਵੀ ਦੇਖ ਰਹੇ ਸੀਗੇ ਉੱਥੇ ਘਰ ਬੈਠੇ, ਤਾਂ ਇੰਨੇ ਦੇ ਵਿੱਚ ਉਹ ਉੱਥੇ ਘਰ ਆਈ। ਤਾਂ ਘਰ ਆਈ ਤਾਂ ਉਹਨੇ ਦੇਖਿਆ ਵੀ ਉਹਨੂੰ ਮੂਵੀ ਦੇ ਵਿੱਚ ਦੇਖਿਆ ਵੀ ਇਹ ਤਾਂ ਬੜੇ ਚੰਗੇ ਜਿਹੜੇ ਤਰੀਕੇ ਨਾਲ ਵੀ ਵਧੀਆ ਵਿਆਹ ਕੀਤਾ, ਅਤੇ ਉਹਦੇ ਵਿੱਚ ਹੀ ਉਹਨੇ ਮੂਵੀ ਦੇ ਵਿੱਚ ਮੈਨੂੰ ਦੇਖਿਆ। ਜਦੋਂ ਮੂਵੀ ਦੇ ਵਿੱਚ ਦੇਖਿਆ ਤਾਂ ਉਹ ਕਹਿੰਦੀ ਵੀ ਇਹ ਕੌਣ ਹੈ, ਉਹਨੇ ਦੱਸਿਆ ਵੀ ਮੇਰਾ ਬ੍ਰਦਰ। ਤਾਂ ਉਹਨੂੰ ਐਕਚੁਲੀ 'ਚ ਮੈਂ ਪਸੰਦ ਆ ਗਿਆ ਸੀਗਾ, ਤਾਂ ਉਹ ਕਹਿੰਦੀ ਵੀ ਮੈਨੂੰ ਇਹਦਾ ਨੰਬਰ ਦੇ ਜਾਂ ਯੂ ਨੋ ਇਹਦੇ ਨਾਲ ਮੈਂ ਗੱਲ ਕਰਨਾ ਚਾਹੁੰਦੀ ਹਾਂ। ਤਾਂ ਕਹਿੰਦਾ ਵੀ ਕੋਈ ਗੱਲ ਨਹੀਂ, ਮੈਂ ਤੈਨੂੰ ਨੰਬਰ ਦੇ ਦੇਵਾਂ। ਤਾਂ ਉਹਨੇ ਉਹਨੂੰ ਮੇਰਾ ਐਕਚੁਅਲੀ 'ਚ ਈਮੇਲ ਐਡਰੈਸ ਦੇਤਾ, ਅਤੇ ਮੈਂ ਇੱਥੇ ਉਦੋਂ ਜਨਮਅਸ਼ਟਮੀ ਦਾ ਪ੍ਰੋਗਰਾਮ ਚੱਲ ਰਿਹਾ ਸੀ, ਮੈਨੂੰ ਯਾਦ ਹੈ ਪਹਿਲੀ ਵਾਰੀ। ਤਾਂ ਉਹਦਾ ਮੈਨੂੰ ਈਮੇਲ ਆਈ ਵੀ ਆਈ ਨੋ ਯੂ ਬਟ ਯੂ ਡੋਂਟ ਨੋ ਮੀ, ਆਈ ਵਾਂਟਡ ਟੂ ਵੀ ਗੈਟ ਦਾ ਫਰੈਂਡਸ਼ਿਪ ਵਿਦ ਯੂ। ਤਾਂ ਮੈਂ ਮਤਲਬ ਇੱਥੇ ਇਹ ਬਹੁਤ ਵੱਡੀ ਗੱਲ ਸੀਗੀ, ਜਿਹੜੇ ਹਿਸਾਬ ਨਾਲ ਆਪਣਾ ਸਿਸਟਮ ਹੈਗਾ ਜਾਂ ਉਹ ਹੈ, ਤਾਂ ਵੀ ਪਿਆਰ ਪੂਰ ਵਾਲੇ ਚੱਕਰ ਤਾਂ ਬਹੁਤ ਵੱਡੀ ਗੱਲ ਸੀਗੀ। ਤਾਂ ਮੈਂ ਬੜਾ ਸਰਪ੍ਰਾਈਜ਼ ਸੀਗਾ ਵੀ ਯਾਰ ਇਹ ਕੀ ਗੱਲ ਹੈ, ਕੀ ਮੈਨੂੰ ਤਾਂ ਸਮਝ ਨਹੀਂ ਆਈ ਗੱਲ। ਤਾਂ ਜਦੋਂ ਉਹਦੇ ਥੱਲੇ ਫੁੱਟਰ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਵਾਸ਼ਿੰਗਟਨ USA, ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਕੋਈ ਅਮੈਰੀਕਾ ਦੀ ਕੁੜੀ ਹੈਗੀ ਹੈ। ਤਾਂ ਮੈਂ ਉਹਨੂੰ ਫੋਨ ਕੀਤਾ, ਸ਼ੀਸ਼ੂ ਨੂੰ, ਅਸੀਂ ਸ਼ੀਸ਼ੂ ਕਹਿੰਦੇ ਹਾਂ ਉਹਨੂੰ, ਵੱਡਾ ਬ੍ਰਦਰ ਹੈ। ਤਾਂ ਮੈਂ ਕਿਹਾ ਵੀਰੇ ਇਹ ਕੀ ਯਾਰ ਮੇਰੇ ਕੋਲ ਕੋਈ ਉਹ ਆਇਆ? ਕਹਿੰਦਾ ਹਾਂ ਇਹ ਤਾਂ ਮੇਰੀ ਬੌਸ ਹੈ। ਤਾਂ ਮੈਂ ਕਿਹਾ ਫੇਰ? ਕਹਿੰਦਾ ਵੀ ਉਹਨੂੰ ਐਂ ਕਰਕੇ ਬੈਠੀ ਸੀ, ਉਹਨੇ ਮੈਨੂੰ ਸਾਰੀ ਗੱਲ ਦੱਸੀ, ਅਤੇ ਕਹਿੰਦਾ ਉਹ ਵੀ ਇਹ ਗੱਲ ਕਹਿੰਦੀ ਸੀ ਵੀ ਮੈਨੂੰ ਇਹ ਪਸੰਦ ਹੈ। ਮੈਂ ਕਿਹਾ ਵੀ ਯਾਰ ਆਪਣੇ ਤਾਂ ਆਪਾਂ ਤਾਂ ਦੇਸੀ ਜੱਟ ਬੰਦੇ, ਨਾ ਆਪਾਂ ਨੂੰ ਇੰਗਲਿਸ਼ ਬੋਲਣੀ ਆਉਂਦੀ ਹੈ, ਨਾ ਆਪਾਂ ਨੂੰ ਕੋਈ ਉਹ ਆਉਂਦਾ ਵੀ ਇਹ ਸੈਟਿੰਗ ਬੈਠਣੀ ਨਹੀਂ ਹੈਗੀ ਜਾਂ ਜੋ ਵੀ ਹੈਗਾ, ਅਤੇ ਵੀ ਆਪਾਂ ਕਿਸੇ ਨਾਲ ਧੋਖਾ ਵੀ ਨਹੀਂ ਕਰਨਾ ਚਾਹੁੰਦੇ, ਅਤੇ ਵੀ ਤੂੰ ਉਹਨੂੰ ਕਹਿ ਦੇਈਂ ਵੀ ਇੱਥੇ ਠੀਕ ਨਹੀਂ ਆਉਂਦਾ ਦਾਲ ਨਿਕਲ। ਹਾਂ, ਦਾਲ ਲੱਗ ਗਈ। ਪਰ ਉਹ ਇੰਨੀ ਜ਼ਿਆਦਾ ਐਕਸਾਈਟਿਡ ਸੀ, ਉਹ ਮੈਨੂੰ ਐਵਰੀ ਡੇ ਮੇਲ ਕਰਦੀ। ਤਾਂ ਹੁਣ ਆਪਾਂ ਵੀ ਨਵੇਂ ਨਵੇਂ ਪਏ ਸੀਗੇ ਇਹਦੇ ਵਿੱਚ, ਤਾਂ ਮੈਂ ਹੁਣ ਆਪਾਂ ਦਾ ਪਿੰਡ 'ਚ ਰਹਿੰਦੇ ਸੀਗੇ, ਇੱਥੇ ਨਾ ਇੰਟਰਨੈਟ ਹੁੰਦਾ ਸੀ, ਅਤੇ ਉਸ ਟਾਈਮ ਜਿਹੜੇ ਫੋਨ ਹੈਗੇ ਆ, ਫੋਨ ਦੀ ਆਪਣੀ ਇਨਕਮਿੰਗ ਵੀ ਪੈਂਦੀ ਸੀ ਅਤੇ ਆਊਟਗੋਇੰਗ ਵੀ ਹੁੰਦੀ ਸੀਗੀ। ਅਤੇ ਜੇ ਅਮੈਰੀਕਾ ਫੋਨ ਕਰਨਾ ਹੁੰਦਾ ਉਦੋਂ ਉਹ ਤਾਂ ਬਸ ਆਹੀ ਦੇਖ ਦਿੰਦੇ ਸੀ ਕਿ ਮੀਟਰ ਜਾਓ STD 'ਤੇ ਕਿਵੇਂ ਚੱਲਦਾ, ਟਿਕ 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 ਕਰਕੇ। ਤਾਂ ਚਲੋ ਜੀ, ਅਸੀਂ ਉਹਨੇ ਈਮੇਲ ਕਰਨੀ, ਮੈਂ ਇੱਥੋਂ ਜਾਣਾ ਸਰਸੇ, ਉਹਦੀ ਈਮੇਲ ਪੜ੍ਹ ਕੇ ਫਿਰ ਮੈਂ ਵਾਪਸ ਉਹਨੂੰ ਈਮੇਲ ਕਰਨੀ, ਅਤੇ ਮੈਂ ਈਮੇਲ ਫਿਰ ਉਹੀ ਕਰਨੀ ਹੁੰਦੀ ਸੀ ਜਿਹੜੀ ਅਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ, ਸਨ ਮੂਨ ਆਰ ਵਨ, ਸਟਾਰਸ ਆਰ ਮੈਨੀ ਐਂਡ ਆਲ ਦੀਜ਼ ਥਿੰਗਸ, ਯੂ ਨੋ ਜਿਹੜੇ ਆਪਣੇ ਦੇਸੀ ਉਹ ਹੁੰਦੇ ਆ।
ਤਾਂ ਉਹਨੇ ਬਹੁਤ ਕੁਛ ਪੁੱਛਣਾ, ਕੱਲ੍ਹ ਨੂੰ ਮੈਂ ਫਿਰ ਡਿਕਸ਼ਨਰੀ ਲੈ ਕੇ ਬੈਠਣਾ, ਮੇਰਾ ਮਤਲਬ ਕੰਮ ਹੀ ਇਹ ਹੋ ਗਿਆ ਜੀ ਵੀ ਮੈਂ ਮੇਲ ਦੀ ਵੇਟ ਕਰਦਾ ਅਤੇ ਅਗਲੇ ਦਿਨ ਮੈਂ ਲਿਖ ਕੇ ਆਉਣੀ ਹੁੰਦੀ ਸੀਗੀ ਉਹ। ਅਤੇ ਚਲੋ ਇਹ ਪ੍ਰੋਸੈਸ ਮਹੀਨਾ ਡੇਢ ਮਹੀਨਾ ਚੱਲਿਆ, ਤਾਂ ਜਿੱਦਣ ਮੇਰੇ ਨਾਲ ਪਹਿਲੇ ਦਿਨ ਗੱਲ ਹੁੰਦੀ ਹੈ ਉੱਦਣ ਮੈਂ ਤੁਹਾਨੂੰ ਦੱਸਦਾ ਵੀ ਜਨਮਅਸ਼ਟਮੀ ਵਾਲਾ ਦਿਨ ਸੀਗਾ, ਤਾਂ ਉਹਨੇ ਮੈਨੂੰ ਫੋਨ ਕੀਤਾ ਉਹਨੇ ਵਾਹਵਾ ਕੁਛ ਬੋਲਤਾ ਆਪਣੇ ਨਹੀਂ ਆਇਆ ਹਿਸਾਬ 'ਚ ਉੱਥੋਂ ਤੱਕ। ਹਾਂ ਤਾਂ ਆਪਾਂ ਕਰਤਾ ਹੈਲੋ 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 ਕਰਕੇ ਫੋਨ ਕੱਟਤਾ। ਜਦੋਂ ਜੀ ਫੋਨ ਕੱਟਿਆ ਤਾਂ ਉਹਨੇ ਫਿਰ ਫੋਨ ਕਰਤਾ ਵੀ ਇਹਨੂੰ ਕਿਤੇ ਆਵਾਜ਼ ਬੂਜ ਨਹੀਂ ਆਉਂਦੀ। ਮੈਂ ਫਿਰ ਕਰਤਾ, ਮੈਂ ਕਿਹਾ ਹੈਲੋ ਦੇਅਰ ਇਜ਼ ਸਮ ਸਾਊਂਡ ਪ੍ਰੋਬਲਮ, ਹੈਲੋ ਹੈਲੋ ਕਰਕੇ ਫਿਰ ਫੋਨ ਕੱਟਤਾ। ਚਲੋ ਜੀ ਫਿਰ ਮੈਂ ਅਗਲੇ ਦਿਨ ਉਹਨੂੰ ਮੇਲ ਕੀਤੀ ਵੀ ਗੁੱਡੀ ਐਸਾ ਹੋਣਾ ਤਾਂ ਨਹੀਂ ਮੇਰੇ ਹਿਸਾਬ 'ਚ ਆਉਣੀ ਕਹਾਣੀ, ਹੌਲੀ ਹੌਲੀ ਬੋਲਿਆ ਕਰ ਕੋਈ ਹਿਸਾਬ 'ਚ ਆ ਜੂਗੀ ਸਮਝ ਆ। ਤਾਂ ਚਲੋ ਜੀ ਉਹਨੇ ਉਹ ਹੌਲੀ ਹੌਲੀ ਬੋਲਣ ਲੱਗ ਗਈ, ਮੈਂ ਵੀ ਹੌਲੀ ਹੌਲੀ ਬੋਲਣ ਲੱਗ ਗਿਆ ਅਤੇ ਉਹ ਕਰਦੇ ਕਰਾਉਂਦੇ ਬੋਲੇ ਘੱਟ ਬਿੱਲ ਵੱਧ ਬਣਨ ਲੱਗ ਗਿਆ। ਉਸ ਟਾਈਮ ਦੇ ਉੱਤੇ ਮੇਰਾ 35-40 ਹਜ਼ਾਰ ਰੁਪਇਆ ਬਿੱਲ ਆਉਂਦਾ ਸੀਗਾ ਮਹੀਨੇ ਦਾ ਫੋਨ ਦਾ, ਤਾਂ ਇੰਨਾ ਆਪਾਂ ਅਫੋਰਡ ਨਹੀਂ ਕਰ ਸਕਦੇ ਸੀਗੇ ਜਿਵੇਂ ਦੱਸਿਆ ਵੀ ਆਪਣੇ ਖੇਤੀਬਾੜੀ ਵਾਲੇ ਬੰਦੇ ਸੀਗੇ। ਬਾਕੀ ਆਪਾਂ ਜੇ ਗੱਲ ਕਰੀਏ ਫਸਲਾਂ ਦੀ, ਇੱਕ ਫਸਲ ਹੁੰਦੀ ਸੀਗੀ, ਨਰਮੇ ਤਾਂ ਹੁੰਦੇ ਹੀ ਨਹੀਂ ਸੀਗੇ ਅਤੇ ਝੋਨੇ ਤਾਂ ਉਸ ਟਾਈਮ 'ਤੇ ਹੀ ਨਹੀਂ ਸੀਗੇ, ਬਸ ਇਕੱਲੀ ਕਣਕ ਕਣਕ ਹੁੰਦੀ ਸੀਗੀ, ਤਾਂ ਇੰਨਾ ਅਫੋਰਡ ਕਰਨਾ ਔਖਾ ਸੀ ਆਪਣੇ ਵਾਸਤੇ। ਤਾਂ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਹੀ ਫੋਨ ਕਰ ਲਿਆ ਕਰ ਜਦੋਂ ਕਰੇਂਗੀ। ਉਹ ਹੋਰ ਫੋਨ ਕਰ ਲੈਂਦੀ ਸੀ, ਕੰਮ ਚੱਲੀ ਜਾਂਦਾ ਸੀ। ਇੱਕ ਦਿਨ ਕੀ ਹੋਇਆ ਜੀ, ਉਹ ਕਹਿੰਦੀ ਵੀ ਮੈਂ ਤਾਂ ਇੰਡੀਆ ਆਉਣਾ ਚਾਹੁੰਦੀ ਹਾਂ। ਮੈਂ ਕਿਹਾ ਆ ਜਾ ਆਪਣਾ ਸਵੈ ਕੀ ਕਹਿਤਾ। ਮੈਨੂੰ ਪਤਾ ਸੀਗਾ ਕਿ 12,000 ਕਿਲੋਮੀਟਰ 'ਤੇ ਬੈਠੀ ਹੈ, ਕਿਹਨੇ ਆਉਣਾ ਅਤੇ ਕੀ ਉਹ ਕਰਨਾ। ਤਾਂ ਜੀ ਉਹਨੇ ਤਾਂ ਮੈਨੂੰ ਟਿਕਟ ਬਣਾ ਕੇ ਭੇਜਤੀ ਵੀ 18 ਤਰੀਕ ਨੂੰ ਮੈਂ ਆ ਰਹੀ ਹਾਂ, ਅਤੇ ਅਸੀਂ ਮੈਂ ਇਹ ਗੱਲ ਕਰ ਰਹੇ 14-15 ਤਰੀਕ ਦੀ। ਹਾਂ ਹੁਣ 18 ਤਰੀਕ ਨੂੰ ਆਉਣਾ ਤਾਂ ਪਸੂੜੀ ਪੈ ਗਈ। ਹੁਣ ਡੈਡੀ ਨੇ ਆਪਣਾ ਜਿਹੜਾ ਪਰਿਵਾਰ ਦਾ ਮਾਹੌਲ ਹੈ ਉਹਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ। ਤਾਂ ਮੈਂ ਅਸੀਂ ਡੈਡੀ ਤੋਂ ਬਹੁਤ ਪਹਿਲੇ ਦਿਨੋਂ ਹੀ ਬਹੁਤ ਜ਼ਿਆਦਾ ਡਰਦੇ ਹਾਂ। ਜੇ ਉਹ ਕਮਰੇ 'ਚ ਆ ਜਾਂਦਾ ਅਸੀਂ ਉੱਠ ਕੇ ਕਿਚਨ ਮੰਨੀ ਚਲੇ ਜਾਂਦੇ, ਜੇ ਕਿਚਨ 'ਚ ਆ ਜਾਂਦੇ ਅਸੀਂ ਉੱਠ ਕੇ ਬਾਹਰ ਚਲੇ ਜਾਂਦੇ। ਮਤਲਬ ਕਿ ਅਸੀਂ ਪਿਓ ਪੁੱਤ ਕਦੇ ਆਮਣੇ ਸਾਹਮਣੇ ਅੱਜ ਤੱਕ ਹੋਏ ਨਹੀਂ। ਮੈਨੂੰ ਯਾਦ ਆ ਮੈਂ 2008 'ਚ ਪਹਿਲੀ ਵਾਰੀ ਆਪਦੇ ਪਿਓ ਨੂੰ ਜੱਫੀ ਪਾਈ ਸੀ ਜਦੋਂ ਮੈਂ ਅਮੈਰੀਕਾ ਤੋਂ ਵਾਪਸ ਆਇਆ ਸੀਗਾ। ਉਹ ਤੋਂ ਪਹਿਲਾਂ ਕਦੇ ਅਸੀਂ ਪਿਓ ਪੁੱਤ ਇਕੱਠੇ ਗੱਲ ਤਾਂ ਕਰਨੀ ਦੂਰ ਦੀ ਗੱਲ ਹੈ, ਮਤਲਬ ਕਿ ਅਸੀਂ ਸਾਹਮਣੇ ਆਮਣੇ ਨਹੀਂ ਹੋਏ ਸੀਗੇ। ਤਾਂ ਜੀ ਮੈਂ ਮੰਮੀ ਨਾਲ ਗੱਲ ਕੀਤੀ, ਦਿਨ ਤਾਂ ਨੇੜੇ ਆ ਗਏ। ਮੈਂ ਮੰਮੀ ਨਾਲ ਗੱਲ ਕੀਤੀ, ਮੈਂ ਕਿਹਾ ਮੰਮੀ ਗੱਲ ਇਹ ਹੈ ਵੀ ਆਹ ਕਹਾਣੀ ਹੋ ਗਈ ਅਤੇ ਵੀ ਹੁਣ ਤੁਸੀਂ, ਅਸੀਂ ਡੈਡੀ ਨੂੰ ਚਾਚਾ ਜੀ ਕਹਿੰਦੇ ਹਾਂ ਕਿਉਂਕਿ ਉਹ ਜਿਵੇਂ ਵੱਡੇ ਬੱਚੇ ਹੁੰਦੇ ਆ ਉਹ ਚਾਚਾ ਜੀ ਕਹਿੰਦੇ ਆ, ਤਾਂ ਚਾਚਾ ਜੀ ਉਹ ਜਿਹੜੇ ਤਾਇਆ ਜੀ ਦੀ ਡੈਥ ਹੋਈ ਉਹਨਾਂ ਨੂੰ ਅਸੀਂ ਡੈਡੀ ਕਹਿੰਦੇ ਸੀਗੇ, ਤਾਂ ਉਹ ਅਸੀਂ ਉਵੇਂ ਚੱਲਿਆ ਆ ਰਿਹਾ ਸੀ। ਮੈਂ ਕਿਹਾ ਵੀ ਤੁਸੀਂ ਚਾਚਾ ਜੀ ਨੂੰ ਦੱਸੋ। ਉਹ ਕਹਿੰਦੇ ਵੀ ਟੰਬੇ ਖਾਣ ਨੂੰ ਤੁਸੀਂ ਮੈਨੂੰ ਮੂਹਰੇ ਕਰ ਦੇਣਾ, ਤੂੰ ਆਪਦੀ ਆਪ ਸੰਭਾਲ, ਤੂੰ ਦੱਸ। ਅਸੀਂ ਕਦੇ ਸਾਹਮਣੇ ਆਮਣੇ ਨਹੀਂ ਹੋਏ ਪਿਓ ਪੁੱਤ, ਮੈਂ ਕਿਵੇਂ ਦੱਸਦਾ। ਚਲੋ ਮੈਂ ਸ਼ੀਸ਼ੂ ਨੂੰ ਫੋਨ ਕੀਤਾ, ਮੈਂ ਕਿਹਾ ਭਾਈ ਜੀ ਕੰਮ ਤਾਂ ਗੜਬੜ ਹੈ। ਉਹ ਤਾਂ ਕਹਿੰਦੀ ਮੈਂ ਆਉਣੀ ਹੈ। ਕਹਿੰਦਾ ਫਿਰ ਕੀ ਦਿੱਕਤ ਹੈ? ਮੈਂ ਕਿਹਾ ਦਿੱਕਤ ਸਾਰੀ ਦਿੱਕਤ ਹੀ ਦਿੱਕਤ ਹੈ, ਇੱਕ ਤਾਂ ਅੰਗਰੇਜ਼ੀ ਮੈਨੂੰ ਹੱਥ ਟੈਟ ਹੈ, ਦੂਜਾ ਘਰਦਿਆਂ ਮੰਨਿਓ ਟੈਟ ਹੈ, ਤੀਜਾ ਸਾਰਾ ਕੁਛ ਹੀ ਹੈ, ਵੀ ਹੁਣ ਇਹਨੂੰ ਕੀ ਹੱਲ ਹੋਊਗਾ ਇਹਦਾ। ਤਾਂ ਉਹ ਕਹਿੰਦਾ ਵੀ ਚੱਲ ਦੇਖਦਾ। ਮੈਂ ਕਿਹਾ ਯਾਰ ਤੂੰ ਜਿਵੇਂ ਮਰਜ਼ੀ ਕਰ, ਤੂੰ ਨਾਲ ਆ, ਇਹ ਮੈਥੋਂ ਤਾਂ ਇਹ ਕੁਛ ਹੈਂਡਲ ਨਹੀਂ ਹੋਣਾ। ਕਹਿੰਦਾ ਚੱਲ ਮੈਂ ਤੇਰੀ ਭਾਬੀ ਨੂੰ ਪੁੱਛਦਾ ਅਤੇ ਬੁਲਾਉਂਦਾ। ਚਲੋ ਉਹਨੇ ਨੈਕਸਟ ਡੇ ਮੈਨੂੰ ਫੋਨ ਕੀਤਾ ਵੀ ਚੱਲ ਮੈਂ ਨਾਲ ਆ ਜੂੰਗਾ। ਚਲੋ ਕੁਛ ਤਾਂ ਹੌਸਲਾ ਹੋਇਆ, ਪਰ ਗੱਲ ਉਹ ਹੈ ਵੀ ਬਿੱਲੀ ਦੇ ਗਲ 'ਚ ਘੰਟੀ ਕੌਣ ਬੰਨੂਗਾ। ਤਾਂ ਮੈਂ ਫਿਰ 16 ਤਰੀਕ ਹੋ ਗਈ, 18 ਨੂੰ ਉਹਨੇ ਆਉਣਾ ਹੀ ਸੀ, ਤਾਂ ਮੈਂ ਗਿਆ ਡੈਡੀ ਕੋਲ। ਮੈਂ ਕਿਹਾ ਜੀ ਉਹ ਨਾ ਜੀ ਅਮਰੀਕਾ ਤੋਂ ਸ਼ੀਸ਼ੂ ਆ ਰਿਹਾ। ਕਹਿੰਦਾ ਚੱਲ ਵਧੀਆ ਮਿਲ ਜੂ, ਆ ਜਾਣਦੇ ਆ ਕੋਈ ਨਹੀਂ। ਮੈਂ ਕਿਹਾ ਜੀ ਉਹ ਨਾਲ ਉਹਦੇ ਨਾਲ ਜੀ ਕੋਈ ਹੋਰ ਆ ਰਿਹਾ। ਅੱਛਾ ਅੱਛਾ ਤੇਰੀ ਭਾਬੀ ਆਉਂਦੀ ਹੋਣੀ, ਬੱਚੇ। ਮੈਂ ਕਿਹਾ ਨਹੀਂ ਜੀ ਉਹਦੇ ਨਾਲ ਤਾਂ ਜੀ, ਮੈਂ ਕਿਹਾ ਇੱਕ ਕੁੜੀ ਆ ਰਹੀ ਆ, ਉਹ ਪਤਾ ਨਹੀਂ ਕੀ ਕਹਿੰਦਾ, ਵਿਆਹ ਵਿਹੂ ਕਰਾਉਣਾ ਅਤੇ ਕੀ ਕਰਕੇ ਮੈਂ ਤਾਂ ਕਹਿ ਕੇ ਅਤੇ ਜੀ ਉੱਥੋਂ ਭੱਜ ਗਿਆ। ਕਹਿੰਦੇ ਬੁਲਾ ਕੇ ਲਿਆ ਉਹਨੂੰ। ਮੈਨੂੰ ਕਹਿੰਦਾ ਗੱਲ ਕੀ ਹੈ, ਤੂੰ ਗੱਲ ਪੂਰੀ ਦੱਸ। ਮੈਂ ਕਿਹਾ ਜੀ ਗੱਲ ਹੁਣ ਕਿਵੇਂ ਦੱਸਾਂ, ਮੈਨੂੰ ਪਤਾ ਨਹੀਂ ਕੁਝ। ਅਸੀਂ ਅਜੇ ਤਾਂ ਕਦੇ ਰੋਟੀ ਦੀ ਗੱਲ ਨਹੀਂ ਕੀਤੀ ਆਪਸ ਦੇ ਵਿੱਚ, ਅਤੇ ਐਡੀ ਗੱਲ ਕਿਵੇਂ ਕਰਨੀ ਸੀਗੀ। ਕਰਦੇ ਕਰਾਉਂਦੇ ਜੀ
चलो मैं दसी कदों आना है, मैं कहा जी परसों, कहते शाबाश जी बड़ा टाइम नाल दसिया, चलो कहते जो होगा होगा कोई गल नहीं आने, मतलब कि मेरे वास्ते तो ये भी पता नहीं की मैनू मिल गया सीगा जे किवें होर गल, मैं उन्होंने देखे ही नहीं कोई वीडियो कॉल से आता हूँ चलिए ही नहीं जी कुछ, उन्हें तो मैंने देखा होया भी मैं बहुत कहा मैं तेन फोटो भेज दिनी वो भेज दिनी, मैं क्या मैं तेन दिलों प्यार है तू कहे जी मर्जी हो मैनू फर्क ही नहीं पैदा, कोई लोग ज कुछ साढ़े परिवार के बंदे आपदी लुका वास्ते ये गल कहते हैं भी वह जी गोरी नाल ब्याह करा के अमरीका जाने वास्ते गोरी नाल ब्याह करवाया सी ते उत्थे जाके छड्डता ते वह हो गया कम दे पड़ गया, पर यह गल सच्चाई नहीं हैगी, वह रीयल ब्याह सीगा रीयल मैरिज सी, ओहो जी दिल्ली एयरपोर्ट ते आ गए, मैं चलिया गया एयरपोर्ट ते लैण, उदों अपने कोल एक इंडिका गड्डी हुंदी सी, एयरपोर्ट ते लैण चलिया गया जी, जदों मैं खड़ा कोई गोरी आया करे मैं देखा करा आया तो मैनू बड़ा वो भी टप जा करे, नहीं यार ये तो नहीं हो सकती, आए करके घर दे करवाउंदे उत्थों 15-20 गोरियां टप गई, तो पिछे मेरा ब्रदर वो तुरिया आए तो वो पिछे वो तुरी आए तो वह तो मैं देख लिया, पर जिहड़ी पिछे गोरी आ रही सी वो मैं ये सोच रहा सी भी ये हो ही नहीं सकती क्योंकि वह बहुत सोहनी तो वह सी भी अपने खेतों के पल ये किवें हो सकता एडे कारण कितने है, तो जी वो आई आ के भज के मैं जफ्फी पा ली, तो मैं तो ऐ कंबण लग गया भी ये की मतलब कि बहुत वड्डी गल सी भी जिहड़े बंदे दी कदे कोई गर्लफ्रेंड ना होवे जां पिंड दे विच अखां नीवियां करके तुरिया होवे जां ओह होवे ते इह बहुत वड्डी गल सी, मैं शेक करन लगा कहिंदे की हो गया की हो गया, मैं कहा कोई नहीं तू माड़े पासे होके खड़ा, ते भी मैं उहदे वड्डे भरा दे पैरी हत्थ ला के उहनूं जफ्फी पा के मिलिया, ते मैं कहा भी आ जा हुण पिछे पिछे सिस्टम कंट्रोल जोड़ दे गए, हां मेरे मतलब कि हार्ट बीट इन्नी वधी होई सी मतलब कि मैं जे तुहानूं एक्सप्लेन करां तां मैं कर नहीं सकदा भी ये की ओह मूवमेंट सीगा। चलो जी असीं आए आ के हाए हुए हैलो जी की माड़ी मोटी, मैं संगता जहाँ मूहरे जो बह गया ए करते करते करवा घर आए, जो घर आए तो मैं बड़ा सरप्राइज सीगा भी मेरे परिवार ने उहदा इन्ना वार्म वेलकम किया भी मैं ये सोच नहीं सकता सी भी साढ़े टब्बर की एड्डी उच्ची सोच है, क्योंकि पिंड दे विच रहण के ते एक जिहड़े रिश्ते का कोई नाम नहीं हैगा ते उन्हां वास्ते भी इन्ना करन बहुत वड्डी गल सी। चलो जी साढ़े तो सारे टब्बर नूं खेड मिल गई, खेड मिली जो हुण डैडी जिहड़े मैं कहना भी असीं आमणे सामणे नहीं कदे प्यो पुत होंदे सी उह उस नूं आह फ्रेंच फ्राइज बना के खवाउंदे सी डैडी, आलू आप कट के ਉਹ ਕੀ ਉਹਨੂੰ ਕਹਿੰਦੇ ਵੀ ਕੀ ਹੁੰਦੇ ਆ ਪੁੱਤ ਇਹ ਸਾਨੂੰ ਦੱਸਦੇ, ਕਹਿੰਦੇ ਜੀ ਆਲੂਆਂ ਦੀ ਬਣਦੀ, ਕਹਿੰਦੇ ਉਹ ਤਾਂ ਮੈਂ ਬਣਾ ਦੂੰਗਾ ਕੱਟ ਕੱਟ ਕੇ ਤਲ ਤੁਲ ਕੇ ਜੇ ਉਹਨੂੰ ਖਵਾਉਂਦੇ, ਉੱਤੇ ਗਾਂ ਦੀ ਧਾਰ ਕਢਾ ਕੇ ਲਿਆਉਂਦੇ ਆ ਇਹ ਕਰਦੇ ਕਰਾਉਂਦੇ, ਮਤਲਬ ਕਿ ਪਰਿਵਾਰ ਦੇ ਵਿੱਚ ਇੰਨਾ ਘੁਲ ਮਿਲ ਗਏ ਵੀ ਸਾਨੂੰ ਲੱਗਦਾ ਹੀ ਨਹੀਂ ਸੀ ਵੀ ਇਹ ਕੋਈ ਬਾਹਰ ਦੀ ਹੈ ਜਾਂ ਉਹ ਠੀਕ ਹੈ ਲੈਂਗੁਏਜ ਦੀ ਪ੍ਰੋਬਲਮ ਸੀਗੀ, ਪਰ ਉਹ ਕੋਸ਼ਿਸ਼ ਕਰ ਰਹੀ ਸੀ ਪੰਜਾਬੀ ਸਿੱਖਣ ਦੀ, ਸਾਡੇ ਕੋਸ਼ਿਸ਼ ਕਰ ਰਹੇ ਸੀ ਇੰਗਲਿਸ਼ ਬੋਲਣ ਦੀ, ਪਿੰਡ ਨੇ ਵੀ ਰਿਸ਼ਤੇਦਾਰਾਂ ਨੇ ਵੀ ਚਾਚੇ ਤਾਇਆਂ ਨੇ ਵੀ ਬਹੁਤ ਕੀਤਾ, ਚਾਚਾ ਜੀ ਹੋ ਰਹੀ ਸੀਗੇ ਸਾਡੇ ਸਿਕੰਦਰਪੁਰ ਤੋਂ ਸੀਗੇ, ਉਹ ਕਹਿੰਦੇ ਸੀਗੇ ਵੀ ਇਹਨੂੰ ਵੀ ਆ ਜਾ ਪੁੱਤ ਹਮਾਰੇ ਘਰ ਆਉਣਾ ਹਮ ਤੁਮਕੋ ਖੀਰ ਖਿਲਾਏਂਗੇ, ਉਹ ਮੈਂ ਕਿਹਾ ਚਾਚਾ ਕਾਹਦੇ ਵਾਸਤੇ ਆਪਣੀ ਪੰਜਾਬੀ ਖਰਾਬ ਕੀਤੀ ਆ, ਸਮਝ ਤਾਂ ਉਹਨੂੰ ਆਉਂਦੀ ਨਹੀਂ ਹੈਗੀ, ਘੱਟੋ ਘੱਟ ਪੰਜਾਬੀ ਤਾਂ ਸਹੀ ਬੋਲੋ, ਤਾਂ ਇਸ ਤਰੀਕੇ ਨਾਲ ਮਤਲਬ ਕਿ ਵਧੀਆ ਸਾਡਾ ਸਿਸਟਮ ਚੱਲਿਆ, ਤਾਂ ਉਹ 3-4 ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਉਹ ਇਮੋਸ਼ਨਲੀ ਹੋ ਗਈ ਵੀ ਉਹ ਰੋਣ ਲੱਗ ਗਈ ਇੱਕ ਦਿਨ, ਤਾਂ ਡੈਡੀ ਕਹਿੰਦੇ ਵੀ ਕੀ ਗੱਲ ਹੋਈ ਹੈ ਤੈਨੂੰ ਕਿਉਂ ਰੋਣੀ ਹੈ, ਕਹਿੰਦੀ ਵੀ ਮੈਂ 20 ਸਾਲਾਂ ਦੀ ਹੋ ਗਈ ਮੇਰੇ ਮਾਂ ਪਿਓ ਨੇ ਮੈਨੂੰ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਮੈਨੂੰ ਇੱਥੇ ਦਿੱਤਾ, ਮੈਂ ਤਾਂ ਦੇਣਾ ਕਿਵੇਂ ਦੇ ਸਕਦੀ, ਅਤੇ ਕਹਿੰਦੀ ਵੀ ਮੈਂ ਵਿਆਹ ਵਾਸਤੇ ਤਿਆਰ ਹਾਂ ਮੈਂ ਵਿਆਹ ਕਰਾਉਣਾ ਚਾਹੁੰਦੀ ਹਾਂ, ਤਾਂ ਡੈਡੀ ਨੇ ਉਹਨੂੰ ਸਮਝਾਇਆ ਵੀ ਬੇਟਾ ਸਾਡਾ ਜਿਹੜਾ ਇੰਡੀਆ ਦਾ ਕਲਚਰ ਹੈ ਜਾਂ ਸਾਡਾ ਸਿਸਟਮ ਹੈਗਾ
ਉਹ ਤੂੰ ਆਪਦਾ ਸੋਚ ਸਮਝ ਕੇ ਕਰਾਈ। ਅਸੀਂ ਜਿਹੜਾ ਵੀ ਕਰਦੇ ਹਾਂ ਸਾਡਾ ਇਹ ਨਹੀਂ ਹੈਗਾ ਵੀ ਅੱਜ ਵਿਆਹ ਕਰਾ ਲਿਆ ਅਤੇ ਕੱਲ੍ਹ ਨੂੰ ਡਿਵੋਰਸ ਦੇ ਤਾ, ਨਾ ਅਸੀਂ ਡਿਵੋਰਸ ਦੇਣਾ, ਨਾ ਅਸੀਂ ਕੋਈ ਦੋ ਨੰਬਰ ਦਾ ਕੰਮ ਕਰਨਾ। ਅਤੇ ਜੇ ਤੈਨੂੰ ਤੇਰਾ ਚਿੱਤ ਮੰਨਦਾ ਹੋਇਆ ਤਾਂ ਕਰੀ, ਨਹੀਂ ਤੂੰ ਸਾਡੀ ਧੀਆਂ ਨੂੰ ਆਈ ਹੈ ਅਤੇ ਧੀਆਂ ਨੂੰ ਵਾਪਸ ਕਰੀ ਲਈ। ਚਲੋ ਜੀ, ਉਹਨੇ ਆਪਦਾ ਡਿਸੀਜਨ ਦਿੱਤਾ ਵੀ ਨਹੀਂ ਮੈਨੂੰ ਸਾਰਾ ਕੁਛ ਠੀਕ ਹੈ ਅਤੇ ਵੀ ਮੈਂ ਵਿਆਹ ਕਰਵਾਉਂਦਾ। ਚਲੋ ਜੀ, ਅਸੀਂ ਆਪਦੀ ਸ਼ੋਪਿੰਗ ਸਟਾਰਟ ਕਰਤੀ, ਵਿਆਹ ਦੇ ਕਾਰਡ ਬਣਵਾ ਲਏ, ਵਿਆਹ ਵਧੀਆ ਮਤਲਬ ਕਿ ਵਧੀਆ ਅਰੇਂਜ ਕੀਤਾ। ਉਦੋਂ ਆਪਣੇ ਸੀ ਐਮ ਸਾਹਿਬ ਦੇ ਵਿਆਹ 'ਚ ਆਏ ਸੀਗੇ ਤਾਂ ਵਧੀਆ, ਉਹਨੂੰ ਮਤਲਬ 50 ਤੋਲੇ ਦਾ ਸੋਨਾ ਹੀ ਪਾਇਆ ਹੋਣਾ, ਮਤਲਬ ਕਿ ਜਿੰਨਾ ਵੀ ਆਪਾਂ ਆਪਦੇ ਹੈਸੀਅਤ ਦੇ ਹਿਸਾਬ ਨਾਲ ਕਰ ਸਕਦੇ ਸੀ ਵਧੀਆ ਵਿਆਹ ਕੀਤਾ। ਤਾਂ ਉਹ ਵਾਪਸ ਉਹਦਾ ਟਾਈਮ ਆਲਮੋਸਟ ਉਹਨੇ 6 ਮਹੀਨੇ ਮੇਰੇ ਕੋਲ ਇੱਥੇ ਲਾਏ ਤਾਂ ਉਹਦਾ ਟਾਈਮ ਆਊਟ ਹੋ ਗਿਆ ਕਿਉਂਕਿ 6 ਮਹੀਨਿਆਂ ਦੇ ਵਿੱਚ ਵਾਪਸ ਜਾਣਾ ਹੁੰਦਾ। ਤਾਂ ਉਹ ਵਾਪਸ ਚਲੀ ਗਈ, ਵਾਪਸ ਜਾ ਕੇ ਅਪਲਾਈ ਕਰਤਾ ਮੇਰਾ ਵੀਜ਼ੇ ਵਾਸਤੇ ਜੀ। ਜਦੋਂ ਸਾਡਾ ਪ੍ਰੋਸੈਸ ਦੇ ਵਿੱਚ ਪੈ ਗਏ, ਪ੍ਰੋਸੈਸ 'ਚ ਇੱਥੋਂ ਹੀ ਪਾਤਾ ਸੀ, ਅਪਲਾਈ ਕਰਤਾ ਸੀ ਜੀ 1 ਮਹੀਨੇ ਦੇ ਵਿੱਚ ਵਿੱਚ ਹੀ, ਤਾਂ ਅਸੀਂ ਵੇਟ ਕਰ ਰਹੇ ਸੀ ਵੀ ਸ਼ਾਇਦ ਉਦੋਂ ਪਹਿਲਾਂ ਬਣ ਜਾਏ ਤਾਂ ਅਸੀਂ ਇਕੱਠੇ ਚਲੇ ਜਾਵਾਂਗੇ, ਪਰ ਉਹ ਨਹੀਂ ਹੋ ਪਾਇਆ ਤਾਂ ਉਹਨੂੰ ਅਮੈਰੀਕਾ ਵਾਪਸ ਜਾਣਾ ਪੈ ਗਿਆ। ਵਾਪਸ ਜਾਣਾ ਪਿਆ ਤਾਂ ਜੀ ਉਹਦੇ ਵਿੱਚ ਹੁਣ ਤੱਕ ਤਾਂ ਸਾਰਾ ਕੁਛ ਵਧੀਆ ਸੀਗਾ। ਇਹਦੇ ਵਿੱਚ ਕੁਛ ਮਤਲਬ ਕਿ ਫਨੀ ਮੂਮੈਂਟਸ ਵੀ ਹੈਗੀਆਂ ਨੇ, ਜਿਵੇਂ ਕਿ ਮੈਨੂੰ ਕਹਿੰਦੇ ਵੀ ਆਪਾਂ ਘੁੰਮਣ ਚੱਲਣਾ, ਮੈਂ ਕਿਹਾ ਜੀ ਚਲੋ ਚੱਲੀਏ। ਤਾਂ ਇੱਥੋਂ ਅਸੀਂ ਚੱਲੇ, ਮਾਨਸਾ ਪਹੁੰਚੇ। ਮਾਨਸਾ ਉਹ ਜਿਹੜੇ ਬਾਬੇ ਚੜ੍ਹੇ ਨਹੀਂ ਫਿਰਦੇ ਉਹਨੇ ਹਾਥੀ ਜੇ 'ਤੇ, ਉਹ ਅੱਗੇ ਮਿਲ ਗਏ, ਕਹਿੰਦੀ ਸਟੋਪ ਸਟੋਪ ਸਟੋਪ, ਆਈ ਵਾਂਟ ਟੂ ਸੀ ਆਰ ਐਲੀਫੈਂਟ। ਬਾਬਿਆਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੋਂ ਹੁਣ ਚੰਗੀ ਦਿਹਾੜੀ ਬਣੂਗੀ। ਉਹ ਕਿਹਾ ਕਰਨ ਕਦੇ ਹਾਥੀ ਨੂੰ, ਕਦੇ ਤੂੰ ਹਾਏ ਕਰਕੇ ਦਿਖਾ, ਕਦੇ ਜੈ ਕਰਕੇ ਦਿਖਾ, ਕਦੇ ਕੁਛ ਕਰਕੇ ਦਿਖਾ, ਉਹ ਪੂਰੇ ਕਰਨ। ਮੈਂ ਬਾਬੇ ਨੂੰ ਬੁਲਾਇਆ, ਮੈਂ ਕਿਹਾ ਬਾਬਾ ਜਿਹੜੇ ਲੈਣੇ ਹੈ ਲੈ ਲੈ ਪੂਰੇ। ਕਹਿੰਦਾ ਤੂੰ ਚੁੱਪ ਕਰਕੇ ਬੈਠਾ ਰਿਹਾ, ਕਹਿੰਦਾ ਸ਼ਾਮੀ ਲੱਗ ਰਹੀ ਹੈ। ਹਾਂ, ਉਹ ਮੈਂ ਕਿਹਾ ਯਾਰ ਤੁਸੀਂ ਕਰ ਲਓ, ਚਲੋ ਕਰ ਲਓ ਆ ਕੇ। ਉਹ ਵੀ ਫਿਰ 11,000 ਤੇ ਕਦੇ ਕਿਸੇ 'ਤੇ, ਮੈਂ ਕਿਹਾ ਯਾਰ ਆਹ ਚੱਕੋ 500, ਤੁਸੀਂ ਕਿਉਂ ਐਵੇਂ ਉਹ ਕੀਤਾ। ਅੱਛਾ, ਲੋਕ ਹਾਥੀ ਘੱਟ ਦੇਖਣ, ਮੇਰੇ ਵਾਲਾ ਚਿੱਟਾ ਹਾਥੀ ਵੱਧ ਦੇਖਣ, ਉਹ ਥੋੜ੍ਹੀ ਜਿਹੀ ਹੈਲਦੀ ਸੀਗੀ। ਤਾਂ ਉਹ ਸ਼ੀਸ਼ਿਆਂ ਵਿੱਚ ਵੀ ਆਇਆ ਕਰੀ ਜਾਣ, ਮੈਂ ਕਿਹਾ ਵੀ ਇੱਥੇ ਤਾਂ ਹੁਣ ਗੜਬੜੀ ਹੋਊਗੀ। ਮੈਂ ਬਾਬਾ ਦਵਾ ਦਵਾ ਉਹਨਾਂ ਨੂੰ ਬਾਬਿਆਂ ਨੂੰ 1100 'ਚ ਕੰਮ ਨਿਬੇੜ ਕੇ ਉੱਥੋਂ ਨਿਕਲਿਆ। ਉਹ ਮੈਂ ਉਹਨੂੰ ਇੱਕ ਸਮੱਸਿਆ ਸੀ, ਉਹ ਕਹਿੰਦੇ ਸੀ ਤੂੰ ਬਹਿਸ ਨਾ ਕਰਿਆ ਕਰ। ਮੈਂ ਕਿਹਾ ਵੀ ਬਹਿਸ ਤਾਂ ਹੁਣ ਇਹ ਇੰਡੀਆ ਦਾ ਸਿਸਟਮ ਹੈ। ਅਤੇ ਕਹਿੰਦੀ ਨਹੀਂ, ਜਿੰਨੇ ਮੰਗਦੇ ਤੂੰ ਦੇ ਦਿਆ ਕਰ। ਆਪਾਂ ਵੀ ਐਡੀ ਕੋਈ ਗੱਲ ਨਹੀਂ ਸੀਗੀ ਵੀ ਆਪਾਂ ਇਹ ਕਹਿ ਦਈਏ ਵੀ ਚਲੋ ਅੱਜ ਪਰਮਾਤਮਾ ਦੀ ਦਇਆ। ਉਸ ਟਾਈਮ ਦੇ ਉੱਤੇ ਨਹੀਂ ਐਡੀ ਗੱਲ ਸੀਗੀ, ਤਾਂ ਸੋਚ ਕੇ ਚੱਲਣਾ ਪੈਂਦਾ ਸੀ। ਤੇਲ ਦੇ ਵੀ ਪੈਸੇ ਦੇਖਦੇ ਸੀਗੇ ਵੀ ਇੱਥੇ ਵੱਧ ਲੱਗਣਗੇ ਘੱਟ ਲੱਗਣਗੇ। ਚਲੋ ਜੀ, ਉੱਥੋਂ ਗਾਂ ਤੁਰੇ, ਗਾਂ ਲੁਧਿਆਣੇ ਪਹੁੰਚਣਾ ਸੀਗਾ ਅਤੇ ਰੈਕੋਟ ਕੋਲ ਜਾ ਕੇ ਇੱਕ ਮਦਾਰੀ ਖੇਡਾਂ ਪਾਈ ਜਾਵੇ। ਉਹ ਫਿਰ ਖੇਡੇ ਵਾਲੇ ਦੇ ਚੱਕਰ 'ਚ ਪੈ ਗਿਆ, ਉਹਨੇ ਦੇਖਣ ਸਾਰ ਖੇਡਾਂ ਇੰਗਲਿਸ਼ 'ਚ ਕਰਤਾ। ਹਾਂ, ਜਿਹੜਾ ਕਹਿੰਦਾ ਨਹੀਂ ਹੁੰਦਾ ਵੀ ਤੂੰ ਆਪਦੇ ਸਿਹਰੇ 'ਤੇ ਰੁੱਸ ਕੇ ਆ ਗਿਆ ਅਤੇ ਮੈਂ ਤੈਨੂੰ ਸਹੁਰੇ ਲੈਣ ਜਾਂਦਾ। ਯੂ ਗੋ ਟੂ ਯੂਅਰ ਇਨ ਲਾ ਹਾਊਸ, ਟੁਣੋ ਟੁਣੋ ਡਮਰੂ ਵਜਾਉਣ ਲੱਗ ਗਿਆ ਉਸ ਹਿਸਾਬ ਨਾਲ। ਉਹ ਮੈਂ ਕਿਹਾ ਭਰਾਵਾ, ਮੈਂ ਪਹਿਲਾਂ ਕਿਹਾ ਤੂੰ ਆਪਦਾ ਖੇਡਾਂ 50 'ਚ ਰੱਖ ਵੀ ਆ ਜਾ ਕੇ 50 ਰੁਪਏ। ਉਹ ਵੀ ਫਿਰਾੜਿਆ ਵੀ ਮੈਂ ਵੀ ਵੱਧ ਲੈਣੇ ਘਰ ਕਰਾ ਕੇ ਜੀ ਉੱਥੋਂ ਨਿਕਲਿਆ। ਉਹ ਫਿਰ ਕਹਿੰਦੀ ਤੂੰ ਬਹਿਸ ਕਰਨ ਕਿਉਂ ਨਹੀਂ ਹਟਦਾ। ਮੈਂ ਕਿਹਾ ਵੀ ਚੱਲ ਕੋਈ ਨਹੀਂ, ਅੱਗੇ ਕੰਟਰੋਲ ਕਰੂੰਗਾ। ਚਲੋ ਜੀ, ਅਸੀਂ ਕਰਦੇ ਕਰਾਉਂਦੇ ਲੁਧਿਆਣੇ ਪਹੁੰਚ ਗਏ। ਲੁਧਿਆਣੇ ਪਹੁੰਚੇ ਤਾਂ ਜੀ ਉੱਥੇ ਲਿਖਿਆ ਹੋਇਆ ਸੀ ਭਾਰੀ ਸੇਲ, ਵੀ ਕੋਈ ਸ਼ੋਲ ਚੱਕੋ 150 ਦਾ। ਤਾਂ ਕਹਿੰਦੀ ਮੈਂ ਤਾਂ ਸ਼ੋਲ ਲੈਣਾ। ਮੈਂ ਕਿਹਾ ਲੈ ਤਾਂ ਸ਼ੌਂਕ ਹੀ ਸਸਤਾ ਹੈ, ਕੋਈ ਗੱਲ ਨਹੀਂ, ਪਰ ਮੈਂ ਇੱਕ ਮਿੰਟ ਖੜ ਜਾ ਪਹਿਲਾਂ ਮੈਨੂੰ ਜਾਇਆ ਉਹਨੇ। ਮੈਂ ਜਾ ਕੇ ਅੰਦਰ ਪੁੱਛਿਆ, ਮੈਂ ਕਿਹਾ ਹਾਂ ਬਾਬੂ ਜੀ ਕਿਵੇਂ ਆ? ਕਹਿੰਦਾ ਕੋਈ ਲਓ 150, ਕੋਈ ਲਓ 150 ਸਾਰੇ। ਮੈਂ ਕਿਹਾ ਕਹਿੰਦਾ ਸਾਰੀ। ਫਿਰ ਮੈਨੂੰ ਆਵਾਜ਼ ਮਾਰ ਲਈ, ਮੈਂ ਕਿਹਾ ਆ ਜਾ। ਚਲੋ ਜੀ, ਉਹ ਗੱਡੀ 'ਚੋਂ ਉੱਤਰ ਕੇ ਆਈ, ਉਹ ਜਿੰਨੇ ਮੇਰੇ ਕੋਲ ਖੜ੍ਹੇ ਸੀ ਸਾਰੇ ਉੱਧਰ ਨੂੰ। ਮੈਡਮ ਸੀ ਦਿਸ ਵਨ, ਦਿਸ ਇਜ਼ ਪਸ਼ਮੀਨਾ, ਇਹ 3500 ਦਾ, ਕਦੇ ਉਹ ਲੈਣਾ ਦੇਣਾ ਕਰ ਕਰਾ ਕੇ। ਅਤੇ ਉਹਨੇ ਬਈ 7-8 ਉੱਤੋਂ ਚੱਕ ਲਏ, ਬਿੱਲ ਬਣਾ ਤਾ ਉਹਨਾਂ ਨੇ 8000। ਮੈਂ ਕਿਹਾ ਇਹ ਕਾਹਦਾ ਹੋਵੇ? ਕਹਿੰਦਾ ਚੁੱਪ ਰਹਿ, ਤੈਨੂੰ ਵਿੱਚੋਂ ਦੇ ਦੂੰ। ਮੈਂ ਕਿਹਾ ਮੈਨੂੰ ਕਾਹਦਾ ਦੇ ਦੇਗਾ? ਮੈਂ ਕਿਹਾ ਪਹਿਲਾਂ ਮੈਂ ਕਹੀ ਜਾਂਦਾ 150 ਦਾ ਹੈ, ਦੇਣੇ ਤਾਂ ਮੈਂ। ਹਾਂ, ਮੈਂ ਕਿਹਾ ਮੈਂ ਦੇਣੇ। ਕਹਿੰਦਾ ਤੂੰ ਕਿਉਂ ਦੇਣੇ ਹੈ? ਮੈਂ ਕਿਹਾ ਮੇਰੀ ਘਰ ਵਾਲੀ ਆ ਉਹ। ਕਹਿੰਦਾ ਹੱਥ ਪਿਆ ਉਹ। ਮੈਂ ਕਿਹਾ ਕੀ ਗੱਲ? ਉਹ ਕਹਿੰਦਾ ਜੇ ਉਹਨੂੰ ਨਹੀਂ ਸਮਝ ਆਉਂਦੀ
ਤਾਂ ਹੁਣ ਡਰਾਈਵਰ ਘਰ ਵਾਲੇ ਨਹੀਂ ਬਣ ਸਕਦੇ, ਉਹ ਮੈਨੂੰ ਟੈਕਸੀ ਡਰਾਈਵਰ ਸਮਝ ਹੀ ਗਿਆ। ਉਹ ਮੈਂ ਕਿਹਾ ਭਰਾਵਾ ਉਹ ਮੇਰੀ ਘਰ ਵਾਲੀ ਹੈ, ਪੈਸੇ ਮੈਂ ਹੀ ਦੇਣੇ ਆ। ਕਹਿੰਦਾ ਯਾਰ ਜੇ ਐਡੀ ਗੱਲ ਹੋਈ ਨਾ ਤੇ ਕਹਿੰਦਾ ਤੈਨੂੰ ਸਾਰੇ ਸ਼ੋਅ ਲਈ ਫ੍ਰੀ ਦੇਊਗਾ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦਾ ਜਾਵਾ ਪੱਕੀ ਗੱਲ ਹੈ। ਮੈਂ ਕਿਹਾ ਤਵੇ ਤਾਂ ਕੈਨ ਯੂ ਪਲੀਜ਼ ਟੈਲ ਹਿਮ ਵਟਸ ਦਾ ਰਿਲੇਸ਼ਨ ਵੀ ਹੈ? ਆਫ ਕੋਰਸ ਯੂ ਆਰ ਮਾਈ ਹਸਬੈਂਡ। ਉਹਦਾ ਜੀ ਮੂੰਹ ਉੱਤਰ ਗਿਆ। ਮੈਂ ਕਿਵੇਂ ਹੈ? ਕਹਿੰਦਾ ਯਾਰ ਦੁੱਖ ਇਸ ਗੱਲ ਦਾ ਨਹੀਂ, ਮੈਨੂੰ ਇਹ ਫ੍ਰੀ ਦੇਣੇ ਪੈਂਦੇ ਆ, ਦੁੱਖ ਤਾਂ ਇਸ ਗੱਲ ਦਾ। ਕਹਿੰਦਾ ਤੁਹਾਡੇ ਵਰਗੇ ਵੀ ਇਹ ਲਈ ਫਿਰਦੇ ਆ। ਤਾਂ ਮਤਲਬ ਕਿ ਇਹ ਜੇ ਬਹੁਤ ਮੂਵਮੈਂਟ ਆਏ। ਉਸ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ ਚਲੇ ਗਏ, ਉਹਨੇ ਉਹ ਫ੍ਰੀ ਦਿੱਤੇ। ਉਸ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ ਚਲੇ ਗਏ। ਹਰਿਮੰਦਰ ਸਾਹਿਬ ਜਮਾਂ ਹਰਿਮੰਦਰ ਸਾਹਿਬ ਦੇ ਸਾਹਮਣੇ ਸਿਟੀ ਹਾਰਟ ਹੋਟਲ, ਅਸੀਂ ਉੱਥੇ ਬੁਕਿੰਗ ਕਰਵਾਈ ਹੋਈ ਸੀ। ਅਸੀਂ ਉੱਥੇ ਉੱਤਰੇ, ਮੈਂ ਕਿਹਾ ਚਲੋ ਆਪਾਂ ਹੁਣ ਦਰਸ਼ਨ ਕਰੇ ਵਾਲੇ। ਜਦੋਂ ਅਸੀਂ ਹੋਟਲ ਤੋਂ ਬਾਹਰ ਨਿਕਲੇ ਤਾਂ ਬਿਲਕੁਲ ਸਾਹਮਣੇ ਸੀ ਹਰਿਮੰਦਰ ਸਾਹਿਬ। ਤਾਂ ਉਹ ਕਹਿੰਦੀ, ਮੈਂ ਤਾਂ ਕਹਿੰਦੀ ਰਿਕਸ਼ੇ 'ਤੇ ਚੜ੍ਹਨਾ। ਮੈਂ ਪਹਿਲਾਂ ਇਹ ਤਾਂ ਸ਼ੌਂਕ ਵੀ ਛੋਟਾ ਹੈ, 20-50 ਦਾ। ਮੈਂ ਉਹਨੂੰ ਰੋਕਿਆ, ਮੈਂ ਕਿਹਾ ਵੀ ਉਹ ਸਾਹਮਣੇ ਜਾਣਾ। ਕਹਿੰਦਾ ਤੇ ਤਾਂ ਤੁਰਕੇ ਵਗ ਜਾਓ। ਮੈਂ ਕਿਹਾ ਜਾ ਤਾਂ ਤੁਰਕੇ ਵੀ ਸਕਦੇ ਹਾਂ, ਪਰ ਤੇਰੇ ਇੱਥੇ ਝੂਟਾ ਹੀ ਲੈਣਾ। ਉਹਨੇ ਵੀ ਲਾ ਲਿਆ ਸਾਹਿਬ। ਕਹਿੰਦਾ ਮੈਡਮ ਸਿੱਟ। ਉਹ ਮੈਂ ਕਿਹਾ ਬਾਈ ਪਹਿਲਾਂ ਮੈਂ ਹਾਂ ਇੰਗਲਿਸ਼ ਤੋਂ ਬਹੁਤ ਤੰਗ ਹੈ, ਵੀ ਤੂੰ ਪੰਜਾਬੀ 'ਚ ਮੇਰੇ ਨਾਲ ਗੱਲ ਕਰ ਲੈ ਅਤੇ ਪੈਸੇ ਮੈਂ ਦੇਣੇ ਆ, ਇਹਦੇ ਨਾਲ ਹੋਣਾ ਆਈ ਵਿਲ ਟੇਕ ਯੂ ਦੁਰਗਿਆਨਾ ਮੰਦਰ ਆ ਦਿੱਤੇ। ਉਹਨੇ ਪੰਜ ਚਾਰ ਗੇੜੇ ਉੱਥੇ ਹੀ ਦੇ ਤੇ ਜੀ। ਅਤੇ ਕਹਿੰਦਾ ਜੀ ਰੁਪਈਆ 1100 ਦਿਓ। ਉਹ ਮੈਂ ਕਿਹਾ ਵੀਰ ਮੈਂ 1100 ਨਹੀਂ ਦਿੰਦਾ ਤੈਨੂੰ, ਜਮਾਂ ਕਾਹਦੇ ਮੈਂ ਤੈਨੂੰ 1100 ਦੇਣਾ। ਫਿਰ ਕਹਿੰਦਾ ਨੋ, ਕਹਿੰਦਾ 500। ਮੈਂ ਕਿਹਾ ਫਿਰ ਅੰਗਰੇਜ਼ੀ ਬੋਲਦਾ, ਉਹਦੇ ਕੋਲ ਕੁਛ ਨਹੀਂ ਦੇਣੇ ਮੈਂ। ਅਤੇ ਜਦੋਂ ਬਹਿਸ ਚੱਲੀ ਗਈ, ਉਹ ਆਕੜ ਗਈ, ਆਕੜ ਕੇ ਅਤੇ ਹੋਟਲ 'ਚ ਚੱਲੀ ਗਈ। ਤਾਂ ਮੈਂ ਉਹਨੂੰ 500 ਰੁਪਇਆ ਦੇ ਕੇ ਖੜਾ ਜਿਹੜਾ ਕੇ ਉਹਦੇ ਕੋਲ ਵੱਧ ਗਿਆ। ਮੇਰੇ ਨਾਲ ਗੱਲ ਹੀ ਨਾ ਕਰੇ। ਮੈਂ ਗੱਲ ਕੀ ਹੈ? ਕਹਿੰਦੀ ਜਦੋਂ ਤੈਨੂੰ ਮੈਂ ਕਿਹਾ ਸੀ ਬਹਿਸ ਨਹੀਂ ਕਰਨੀ। ਮੈਂ ਕਿਹਾ ਮੈਂ ਬਹਿਸ ਐਂ ਥੋੜ੍ਹੀ ਕਰਦਾ ਸੀ, ਮੈਂ ਉਹਨੂੰ ਇਹ ਕਹਿੰਦਾ ਸੀ ਵੀ ਤੂੰ 1100 ਲੈ। ਉਹ ਕਹਿੰਦਾ ਨਹੀਂ ਮੈਂ ਤਾਂ 500 ਲੂੰ। ਆਹ ਰੋਲਾ ਸੀਗਾ। ਕਹਿੰਦੀ ਅੱਛਾ ਇੰਨਾ ਚੰਗਾ ਬੰਦਾ ਸੀ। ਮੈਂ ਕਿਹਾ ਹੋਰ। ਚਲੋ ਜੀ, ਮਤਲਬ ਕਿ ਇਹੋ ਜਿਹੇ ਕਈ ਇਹੋ ਜਿਹੇ ਮੂਵਮੈਂਟ ਸੀਗੇ ਲਾਈਫ ਦੇ ਵਿੱਚ ਵੀ ਜਿਹੜੇ ਚੰਗੇ ਸੀਗੇ। ਚਲੋ ਜੀ, ਆਪਾਂ ਬੈਕ ਫਿਰ ਉੱਥੇ ਚੱਲਦੇ ਹਾਂ। ਉਹ ਅਮੈਰੀਕਾ ਚਲੀ ਗਈ, ਮੈਂ ਇੰਡੀਆ ਦੇ ਵਿੱਚ ਰਹਿ ਗਿਆ। ਤਾਂ ਸਾਡੀ ਡੇਲੀ ਆਪਦੀ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਸੀ। ਇਨ ਦਾ ਮੀਨ ਟਾਈਮ ਮੇਰੇ ਮਾਮਾ ਜੀ ਦਾ ਮੁੰਡਾ ਇੱਥੇ ਮੇਰੇ ਕੋਲ ਆਇਆ ਹੋਇਆ ਸੀਗਾ। ਉਹ ਮਾਮਾ ਜੀ ਦੀ ਹੁਣ ਡੈਥ ਹੋ ਗਈ, ਉਹਨਾਂ ਦਾ ਬੇਟਾ ਸੀਗਾ। ਤਾਂ ਉਹ ਮੇਰੀ ਈਮੇਲ ID ਯੂਜ਼ ਕਰਕੇ ਕਿਸੇ ਇਟਲੀ ਦੀ ਕੁੜੀ ਨਾਲ ਗੱਲ ਕਰਦਾ ਸੀ। ਤਾਂ ਉਹ ਆਪਦਾ ਚਲਾ ਰੱਖਿਆ ਸੀ ਉਹਨੇ ਕੰਮ, ਆਪਾਂ ਬੇਤੜਕ ਹੋ ਕੇ ਆਪਦਾ ਚੱਲੀ ਜਾਂਦੇ ਸੀਗੇ। ਤਾਂ ਕਿਤੇ ਕੁਦਰਤੀ ਉਹਨੇ ਮੇਰੀ ਈਮੇਲ ਚੈੱਕ ਕਰ ਲਈ, ਉੱਥੇ ਅਮੈਰੀਕਾ ਬੈਠੀ ਨੇ, ਅਤੇ ਉਹਨੂੰ ਇਹ ਲੱਗਿਆ ਵੀ ਮੈਂ ਇਟਲੀ ਦੀ ਕੁੜੀ ਨਾਲ ਗੱਲ ਕਰ ਰਿਹਾ। ਉਹਨੇ ਕੁਛ ਨਹੀਂ ਸੋਚਿਆ ਸਮਝਿਆ, ਉਹਨੇ ਸਿੱਧਾ ਅੰਬੈਸੀ ਨੂੰ ਮੇਲ ਪਾਈ ਵੀ ਇਹ ਬੰਦੇ ਨੇ ਮੇਰੇ ਨਾਲ ਫਰਾਡ ਕੀਤਾ, ਇਹਨੂੰ ਵੀਜ਼ਾ ਨਾ ਦਿੱਤਾ ਜਾਵੇ। ਮੈਂ ਇੱਥੇ ਬੈਠਾ ਇੰਟਰਵਿਊ ਉਡੀਕ ਰਿਹਾ, ਵੀਜ਼ਾ ਉਡੀਕ ਰਿਹਾ, ਉਹਨੇ ਆਪਦਾ ਫੋਨ ਬੰਦ ਕਰਤਾ, ਉਹਦੇ ਨਾਲ ਕੋਈ ਗੱਲ ਨਹੀਂ ਹੋ ਰਹੀ। ਪਤਾ ਨਹੀਂ ਕੀ ਚੱਕਰ ਹੋ ਗਿਆ, 1.5 ਮਹੀਨਾ ਟੱਪ ਗਿਆ ਯਾਰ, ਕੋਈ ਉਹਦੇ ਨਾਲ ਕਮਿਊਨੀਕੇਸ਼ਨ ਨਹੀਂ ਹੋ ਰਿਹਾ, ਇੱਧਰੋਂ ਇਹ ਤਾਂ ਨਹੀਂ ਹੋ ਰਿਹਾ, ਕੀ ਚੱਕਰ ਕੀ ਹੋਇਆ। ਚਲੋ ਜੀ, ਮੈਂ ਉਹਨੂੰ ਸ਼ੀਸ਼ੂ ਨੂੰ ਭੇਜਿਆ, ਮੈਂ ਕਿਹਾ ਭਾਈ ਜੀ ਚੈੱਕ ਕਰਕੇ ਆ ਯਾਰ ਕੀ ਗੱਲ ਆ। ਤਾਂ ਉੱਥੇ ਗਿਆ ਤਾਂ ਉਹਨੂੰ ਇਹ ਸਾਰੀ ਸਟੋਰੀ ਦੱਸੀ ਵੀ ਆਹ ਕਹਾਣੀ। ਉਹ ਕਹਿੰਦਾ ਵੀ ਤੂੰ ਇਹ ਕਿਉਂ ਕੀਤਾ? ਮੈਂ ਕਿਹਾ ਮੈਂ ਕਾਹਨੂੰ ਕੀਤਾ, ਹਨੀ ਨੇ ਕੀਤਾ, ਹਨੀ ਸੀਗਾ ਮਾਮਾ ਜੀ ਦਾ ਮੁੰਡਾ। ਫਿਰ ਉਹਨੇ ਜਾ ਕੇ ਉਹਨੂੰ ਦੱਸਿਆ, ਉਹਨੇ ਫਿਰ ਧਿਆਨ ਨਾਲ ਜਦੋਂ ਈਮੇਲਸ ਪੜ੍ਹੀਆਂ ਤਾਂ ਉਹਦੇ ਵਿੱਚ ਉਹਦਾ ਉਹ ਹਨੀ ਦਾ ਮਤਲਬ ਉਹ ਦੂਜਾ ਹਨੀ ਸਮਝ ਗਿਆ। ਹਾਂ ਵੀ ਹਨੀ ਆਏ ਕਰ ਲਾ, ਹਨੀ ਆਏ ਕਰ ਲਾ। ਉਹ ਮੈਂ ਕਿਹਾ ਉਹ ਹਨੀ ਉਹ ਹੈ, ਚਲੋ ਕਰਦੇ ਕਰਾਉਂਦੇ। ਉਹ ਸਾਡਾ ਦੁਬਾਰਾ ਗੱਡੀ ਟਰੈਕ 'ਤੇ ਆ ਗਈ, ਅਤੇ ਉਹਨੇ ਅੰਬੈਸੀ ਨੂੰ ਕਿਹਾ ਵੀ ਮੈਥੋਂ ਗਲਤੀ ਦੇ ਵਿੱਚ ਕਿਹਾ ਗਿਆ ਸੀਗਾ ਅਤੇ ਤੁਸੀਂ ਇਹਨੂੰ ਵੀਜ਼ਾ ਦੇ ਦਿਓ। ਹੁਣ ਅੰਬੈਸੀ ਵਾਲੇ ਅੜ ਗਏ। ਉਹ ਕਹਿੰਦੇ ਇਹ ਥੋੜ੍ਹੀ ਵੀ ਜੋ ਜਾ ਚਿੜੀਏ ਮਰਜ਼ਾ ਚਿੜੀਏ, ਹੁਣ ਸਾਨੂੰ ਤੁਸੀਂ ਪਰੂਫ ਦਿਓ। ਹੁਣ ਪਰੂਫ ਕੀ ਦੇਣਾ? ਵੀ ਤੁਸੀਂ ਇੱਕ ਨੋਟਰਾਈਜ਼ ਲੈਟਰ ਰਾਈਟਰ ਭੇਜੋ ਸਾਡੇ ਕੋਲ ਵੀ ਅਸੀਂ ਇਹ ਸਾਡੇ ਤੋਂ ਗਲਤੀ ਨਾ ਹੋਏ, ਤੈਅ ਕਰਕੇ ਕਰ। ਉਹਨੇ ਲੈਟਰ ਅੰਬੈਸੀ ਨੂੰ ਭੇਜਿਆ, ਅੰਬੈਸੀ ਨੇ ਨਹੀਂ ਸੁਣੀ। ਫਿਰ ਦੁਬਾਰਾ ਫਿਰ ਭੇਜਿਆ, ਨਹੀਂ ਸੁਣੀ। ਉਹ ਕਹਿੰਦੇ ਸਾਨੂੰ ਮਿਲਿਆ ਹੀ ਨਹੀਂ। ਫਿਰ ਉਹਨੇ ਫਿਰ ਮੈਨੂੰ ਭੇਜਿਆ, ਮੈਂ ਜਾ ਕੇ ਅੰਬੈਸੀ ਬਾਏ ਹੈਂਡ ਦੇ ਕੇ ਆਇਆ। ਫਿਰ ਵੀ ਉਹਨਾਂ ਨੇ ਗੌਰ ਕੀਤੀ, ਫਿਰ ਉਹ ਤੁਪਾਰਾ ਚੜ੍ਹਾ ਕੇ ਆਈ। ਆਈ ਤਾਂ ਅਸੀਂ ਆਉਂਦੇ
ਪਾਸਪੋਰਟ ਮੈਂ ਜੇਬ 'ਚ ਹੀ ਰੱਖਦਾ ਸੀ ਮੇਰੇ ਘੱਟੋ ਘੱਟ 27 ਚੱਕਰ ਅੰਬੈਸੀ ਦੇ ਲੱਗੇ ਤਾਂ ਫਿਰ ਉਹ ਉੱਥੋਂ ਅਮੈਰੀਕਾ ਤੋਂ ਆਈ ਅਮੈਰੀਕਾ ਤੋਂ ਆਈ ਪਾਸਪੋਰਟ ਮੈਂ ਜੇਬ 'ਚ ਹੀ ਰੱਖਦਾ ਸੀ ਮੈਨੂੰ ਕੀ ਪਤਾ ਕਦੋਂ ਜਾਣਾ ਪੈਵੇ ਤਾਂ ਉੱਦਣ ਵੀ ਪਾਸਪੋਰਟ ਮੇਰੀ ਜੇਬ 'ਚ ਹੀ ਸੀਗਾ ਅਤੇ ਮੈਂ ਉਹਨੂੰ ਏਅਰਪੋਰਟ ਤੋਂ ਚੱਕ ਕੇ ਮੈਂ ਕਿਹਾ ਵੀ ਚਲੋ ਘਰ ਚੱਲਦੇ ਹਾਂ ਤਾਂ ਉਹ ਕਹਿੰਦੇ ਵੀ ਨਹੀਂ ਆਪਾਂ ਘਰ ਬਾਅਦ ਚੱਲਾਂਗੇ ਪਹਿਲਾਂ ਆਪਾਂ ਅੰਬੈਸੀ ਚੱਲੀਏ ਮੈਂ ਕੋਈ ਨਹੀਂ ਆਪਣੇ ਕੋਲ ਅਜੇ ਟਾਈਮ ਹੈਗਾ ਆਪਾਂ ਅੰਬੈਸੀ ਚੱਲਾਂਗੇ ਕਹਿੰਦੇ ਨਹੀਂ ਤੁਸੀਂ ਚੱਲੋ ਤਾਂ ਅਸੀਂ ਅੰਬੈਸੀ ਚਲੇ ਗਏ ਤਾਂ ਉੱਥੇ ਜਿਹੜੀ ਅਮੈਰੀਕਨ ਅੰਬੈਸੀ ਹੈਗੀ ਆ ਉੱਥੇ ਜਿਹੜੇ ਸਿਟੀਜਨ ਹੈਗੇ ਉਹਨਾਂ ਵਾਸਤੇ ਸਪੈਸ਼ਲ ਉਹ ਹੁੰਦਾ ਵੀ ਉਹ ਕਦੋਂ ਵੀ ਕਿਸੇ ਵੀ ਟਾਈਮ ਆ ਕੇ ਐਂਟਰ ਕਰ ਸਕਦੇ ਆ ਤਾਂ ਚਲੋ ਉਹਨੇ ਮੇਰੀ ਬਾਂਹ ਫੜੀ ਤਾਂ ਉੱਥੇ ਅਸੀਂ ਲੈ ਗਏ ਅਸੀਂ ਅੰਦਰ ਅੰਬੈਸੀ ਦੇ ਅੰਦਰਲੇ ਪਾਸੇ ਸਾਨੂੰ ਲੈ ਗਏ ਜਿੱਥੇ ਕਿ ਅੰਬੈਸਡਰ ਵਗੈਰਾ ਬੈਠਾ ਹੁੰਦਾ ਜਾਂ ਉਹ ਤਾਂ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਬਹੁਤ ਉਹਨੇ ਗਾਲਾਂ ਕੱਢੀਆਂ ਵੀ ਤੁਸੀਂ ਕੀ ਕੀਤਾ ਮੇਰੇ ਘਰ ਵਾਲੇ ਨੂੰ ਤੁਸੀਂ ਵੀਜ਼ਾ ਕਿਉਂ ਨਹੀਂ ਦਿੰਦੇ ਜਾਂ ਉਹ ਕਰਦੇ ਕਰਦੇ ਕਰਾਉਂਦੇ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੈਨੂੰ ਅੱਡ ਕਮਰੇ 'ਚ ਲੈ ਗਏ ਉਹਨੂੰ ਅੱਡ ਕਮਰੇ 'ਚ ਲੈ ਗਏ ਤਾਂ ਮੈਨੂੰ ਸਵਾਲ ਪੁੱਛਣ ਲੱਗ ਗਏ ਉਹ ਸਵਾਲ ਪੁੱਛਦੇ ਉਹ ਇਹ ਕਰਨ ਲੱਗ ਗਏ ਵੀ ਤੁਸੀਂ ਪਹਿਲੀ ਵਾਰੀ ਕਿੱਥੇ ਮਿਲੇ ਸੀ ਉਹਨੇ ਕਿਹੜੇ ਕੱਪੜੇ ਪਾਏ ਸੀ ਤੁਸੀਂ ਕਿਹੜੇ ਕੱਪੜੇ ਪਾਏ ਸੀ ਤੁਸੀਂ ਕਿਹੜੀ ਗੱਡੀ 'ਚ ਗਏ ਸੀ ਉਹਦੇ ਗੱਡੀ ਦਾ ਰੰਗ ਕਿਹੜਾ ਸੀ ਕਿਹੜੀ ਕੰਪਨੀ ਦੀ ਗੱਡੀ ਸੀ ਉਹ ਅੱਗੇ ਬੈਠੀ ਸੀ ਜਾਂ ਤੁਸੀਂ ਪਿੱਛੇ ਬੈਠੇ ਸੀ ਤੁਸੀਂ ਹਨੀਮੂਨ 'ਤੇ ਕਿੱਥੇ ਗਏ ਸੀ ਉਹ ਕਮਰੇ ਦਾ ਰੰਗ ਕਿਹੋ ਜਿਹਾ ਸੀ ਉਹਦੇ ਬੈੱਡਸ਼ੀਟ ਦਾ ਰੰਗ ਕਿਹੋ ਜਿਹਾ ਸੀ ਉਹਦੇ ਮਤਲਬ ਕਿ ਕਿਹੜੇ ਕਿਹੜੇ ਹੋਟਲ 'ਚ ਸੀ ਕਿਹੜੇ ਕਿਹੜੇ ਸ਼ਹਿਰ 'ਚ ਗਏ ਸੀ ਮਤਲਬ ਕਿ ਇਹੋ ਜਿਹੇ ਕੁਸ਼ਚਨ ਪੁੱਛੇ ਕਿ ਜਿਹੜੇ ਬੰਦੇ ਨੂੰ ਵੈਸੇ ਵੀ ਨਾ ਯਾਦ ਹੋਣ ਘੱਟੋ ਘੱਟ 1000 ਕੁਸ਼ਚਨ ਹੋਣੇ ਤਾਂ ਸੇਮ ਥਿੰਗ ਹੀ ਉਹੀ ਕੁਸ਼ਚਨ ਉਹ ਤੋਂ ਦੂਜੇ ਪਾਸੇ ਪੁੱਛ ਰਹੇ ਸੀਗੇ ਤਾਂ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਪਰ ਉਹ ਗੱਲ ਉਹੀ ਹੈ ਵੀ ਸਾਰਾ ਕੁਛ ਜੈਨੂਅਨ ਸੀਗਾ ਤਾਂ ਲਗਭਗ ਉਹ ਮੈਚ ਹੋ ਗਏ ਹੁਣ ਇਹ ਤਾਂ ਨਹੀਂ ਪਤਾ ਹੁੰਦਾ ਵੀ ਬੈੱਡਸ਼ੀਟ ਦਾ ਰੰਗ ਕਿਹੋ ਜਿਹਾ ਸੀਗਾ ਪਰ ਫਿਰ ਵੀ ਉਹਨਾਂ ਨੇ ਐਵਰੇਜ ਕੱਢੀ ਅਤੇ ਉਹ ਸੱਚੇ ਬੰਦੇ ਦਾ ਪਤਾ ਲੱਗ ਜਾਂਦਾ ਵੀ ਇਹ ਸਹੀ ਹੈਗਾ ਤਾਂ ਜੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੀ ਤੁਸੀਂ ਪਾਸਪੋਰਟ ਲੈ ਆਇਓ ਤੁਹਾਨੂੰ ਵੀਜ਼ਾ ਲਾ ਦਾਂਗੇ ਮੈਂ ਕਿਹਾ ਵੀ ਆਹ ਚੱਕੋ ਪਾਸਪੋਰਟ ਉਹਨਾਂ ਨੇ ਜੀ ਪਾਸਪੋਰਟ ਰੱਖਿਆ ਕਹਿੰਦੇ ਜੀ 2 ਦਿਨਾਂ 'ਚ ਤੁਹਾਡੇ ਕੋਲ ਆ ਜੂਗਾ 2 ਦਿਨਾਂ ਦੇ ਵਿੱਚ ਉਹਦੇ ਵੀਜ਼ਾ ਲੱਗ ਕੇ ਜੀ ਪਾਸਪੋਰਟ ਆ ਗਿਆ ਤਾਂ ਉਹਦੇ ਨਾਲ ਇੱਕ ਇਨਵੈਲਪ ਆਉਂਦਾ ਪਾਸਪੋਰਟ ਦੇ ਨਾਲ ਉਹਦੇ ਉੱਤੇ ਬਹੁਤ ਵੱਡਾ ਲਿਖਿਆ ਹੁੰਦਾ ਡੂ ਨੋਟ ਓਪਨ ਕਿਉਂਕਿ ਉਹ ਨਾਲ ਲੈ ਕੇ ਜਾਣਾ ਹੁੰਦਾ ਜਦੋਂ ਤੁਸੀਂ ਅਮੈਰੀਕਾ ਇਮੀਗ੍ਰੇਸ਼ਨ ਹੁੰਦੇ ਆ ਤਾਂ ਉਹ ਇਮੀਗ੍ਰੇਸ਼ਨ ਆਫ US ਉਹ ਉਹਨੂੰ ਖੋਲ੍ਹਦੀ ਹੈ ਇਨਵੈਲਪ ਨੂੰ ਤਾਂ ਜਦੋਂ ਉਹ ਇਨਵੈਲਪ ਇੱਥੇ ਆਇਆ ਉਹਦਾ ਚਾਅ ਨਹੀਂ ਚੱਕਿਆ ਗਿਆ ਤਾਂ ਉਹਨੇ ਛੇਤੀ ਛੇਤੀ ਉਹ ਖੋਲ੍ਹਤਾ ਵੀ ਇਹਦੇ ਵਿੱਚ ਕੀ ਹੈ ਫਿਰ ਪੰਗਾ ਪੈ ਗਿਆ ਜੀ ਫਿਰ ਅੰਬੈਸੀ ਗਏ ਉਹ ਕਹਿੰਦੇ ਜੀ ਇਹ ਆਏ ਸੀਲ ਨਹੀਂ ਹੁੰਦਾ ਹੁਣ ਇਹਨੂੰ ਫਿਰ ਪ੍ਰੋਸੈਸ ਦੇ ਥਰੂ ਜਾਣਾ ਪਊਗਾ ਫਿਰ ਮਹੀਨਾ ਫਿਰ ਲੱਗ ਗਿਆ ਜੀ ਸਾਨੂੰ ਉਹਦਾ ਪ੍ਰੋਸੈਸ ਕਰਦੇ ਕਰਾਉਂਦੇ ਉਹਨੇ ਦਿੱਤਾ ਚਲੋ ਅਸੀਂ ਜੀ ਅਮੈਰੀਕਾ ਚਲੇ ਗਏ ਹੁਣ ਇੱਕ ਰੋੜੀ ਪਿੰਡ 'ਚੋਂ ਬੰਦਾ ਜੇ ਕਦੇ ਨਿਕਲ ਕੇ ਸ਼ਹਿਰ ਹੀ ਨਾ ਗਿਆ ਹੋਵੇ ਅਤੇ ਉਹ ਬੰਦਾ ਅਮਰੀਕਾ 'ਚ ਲੈ ਜਾਵੇ ਤਾਂ ਉੱਥੇ ਦਾ ਅਕਤੂਬਰ ਦੇ ਵਿੱਚ ਸਨੋਫਾਲ ਹੋ ਰਹੀ ਸੀਗੀ ਜੀ ਮੈਂ ਅੰਦਰ ਬੈਠਾ ਜਦੋਂ ਮੈਂ ਉਹ ਕਹਿਆ ਕਰਿਆ ਇੱਧਰ ਦੇਖ ਮੈਨੂੰ ਕੁਛ ਨਹੀਂ ਦੇਖ ਰਿਹਾ ਸੀ ਮੈਂ ਵਿੰਡੋ ਵਿੱਚੋਂ ਦੀ ਜਿਵੇਂ ਉੱਤੋਂ ਆਪਣੇ ਫੁੱਟੀਆਂ ਡਿੱਗਦੀਆਂ ਰੂਮ ਦੀਆਂ ਐਂ ਲੱਗੇ ਵੀ ਪਹਿਲੀ ਵਾਰੀ ਇਹ ਦੇਖਿਆ ਸੀਗਾ ਅਤੇ ਮੈਂ ਕਿਹਾ ਵੀ ਮੈਨੂੰ ਹੁਣ ਕੋਈ ਨਾ ਬੁਲਾਓ ਮੈਨੂੰ ਦੇਖਣ ਦਿਓ ਇੱਥੋਂ ਦੀ ਬਿਊਟੀ ਤਾਂ ਪਤਾ ਕੀ ਸੀਗਾ ਵੀ ਇਹ ਕਿਸੇ ਦਿਨ ਇਹ ਵਾਈਟ ਸਨੋਅ ਨੂੰ ਅਸੀਂ ਇਹਨੂੰ ਚਿੱਟਾ ਗੁਫਾ ਦਾ ਨਾਮ ਦੇ ਦੇਣਾ ਤਾਂ ਉਹ ਵੀ ਟਾਈਮ ਆਇਆ ਵੀ ਜਦੋਂ ਹੁਣ ਕਿਤੇ ਵੀ ਸਨੋਅ ਪੈਂਦੀਆਂ ਨੇ ਅਸੀਂ ਨਿਕਲਦੇ ਨਹੀਂ ਇਹਨੂੰ ਕਹਿੰਦੇ ਵੀ ਯਾਰ ਇਹ ਚਿੱਟਾ ਗੁਫਾ ਕਦੋਂ ਨਿਬੜੂਗਾ ਚਲੋ ਜੀ ਉਹ ਮੈਨੂੰ ਉੱਥੇ ਅਮੈਰੀਕਾ ਦਿਖਾਉਣ ਚਲੀ ਗਈ ਵੀ ਇੱਥੇ ਅਸੀਂ ਉਹਦੇ ਕੋਲ ਫੋਰਡ ਫੋਕਸ ਗੱਡੀ ਹੁੰਦੀ ਸੀਗੀ ਤਾਂ ਚਲੋ ਜੀ ਮੈਨੂੰ ਦਿਖਾਇਆ ਅਤੇ ਕਹਿੰਦੇ ਆਪਾਂ ਇੱਥੇ ਤੇਲ ਪਵਾ ਲਈਏ ਅਤੇ ਮੈਂ ਤੈਨੂੰ ਉੱਥੇ ਅਮੈਰੀਕਾ ਘੁੰਮਾ ਕੇ ਲਿਆਉਂਦੀ ਹਾਂ ਮੈਂ ਗਿਆ ਸੀਗਾ ਈਸਾਕੁਆ ਵਾਸ਼ਿੰਗਟਨ ਦੇ ਵਿੱਚ ਇੱਕ ਸ਼ਹਿਰ ਹੈ ਉੱਥੇ ਅਸੀਂ ਗਏ ਸੀਗੇ ਤਾਂ ਉੱਥੇ ਜੀ ਜਦੋਂ ਅਸੀਂ ਤੇਲ ਪਾਉਣ ਲੱਗੇ ਉੱਥੇ ਆਪ ਪਾਉਣਾ ਪੈਂਦਾ ਤੇਲ ਤਾਂ ਉਹ ਤੇਲ ਪਾ ਰਹੀ ਸੀਗੀ ਅਤੇ ਇੱਕ ਬੰਦਾ ਬਲੋਰ ਲੈ ਕੇ ਉਹ ਸਾਫ਼ ਕਰ ਰਿਹਾ ਸੀਗਾ ਡਰਾਈਵੇ ਮੈਂ ਕਿਹਾ ਯਾਰ ਆਹ ਬੜੀ ਚੀਜ਼ ਹੈ ਇੱਥੇ ਬੋਕਰ ਮਾਰਨ ਦੀ ਲੋੜ ਹੀ ਨਹੀਂ ਇਹਦੇ ਨਾਲ ਹੀ ਹਵਾ ਜੀ ਨਾਲ ਹੀ ਮਾਰ ਜਾਂਦੇ ਕਿਵੇਂ ਹੈ ਮੈਂ ਜਦੋਂ ਕੋਲੇ ਜਾ ਕੇ ਇਹਨੂੰ ਦੇਖਣ ਲੱਗਿਆ ਉਹ ਕਹਿੰਦਾ ਭਾ ਕਿੱਦਾਂ ਮੈਂ ਕਿਹਾ ਇਹ ਤਾਂ ਯਾਰ ਆਪਣਾ ਹੀ ਬੰਦਾ ਅਤੇ ਮੈਂ ਕਿਹਾ ਜੀ ਠੀਕ ਹੈ ਕਹਿੰਦਾ ਕਦੋਂ ਆਇਆ ਇੰਡੀਆ ਤੋਂ ਮੈਂ ਕਿਹਾ ਜੀ ਅਜੇ ਤਾਂ ਕੱਲ੍ਹ ਹੀ ਆਇਆ ਮੈਂ ਕਿਹਾ ਜੀ ਨੌਕਰੀ ਕਹਿੰਦਾ ਆਪਣੇ ਕੋਲ ਹੈਗੀ ਹੈ ਅਤੇ ਮੈਂ ਕਿਹਾ ਜੀ ਫਿਰ ਕਦੋਂ ਕਹਿੰਦਾ ਆ ਜਾ ਕੱਲ੍ਹ ਤੋਂ ਹੀ ਤਾਂ ਇੰਨੇ 'ਚ ਉਹਨੇ ਤੇਲ ਪਾ ਲਿਆ ਇੰਨੇ 'ਚ ਆਪਾਂ ਨੌਕਰੀ ਪੱਕੀ ਕਰ ਲਈ ਤਾਂ ਉਹ ਕਹਿੰਦੀ ਵੀ ਚਲੋ ਵੀ ਕਹਿੰਦੀ ਕੀ ਕਰਦੇ ਮੈਂ ਕਿਹਾ ਮੈਨੂੰ ਮਿਲ ਗਈ ਨੌਕਰੀ ਕਹਿੰਦੀ ਆਏ ਕਿਵੇਂ ਨੌਕਰੀ ਮਿਲ ਗਈ ਤੇਰੇ ਕੋਲ ਹਜੇ ਕੋਈ ਲਾਇਸੈਂਸ ਨਹੀਂ ਤੇਰੇ ਕੋਲ ਸੋਸ਼ਲ ਸਿਕਿਉਰਿਟੀ ਕਾਰਡ ਨਹੀਂ ਤੇਰਾ ਹਜੇ ਸਟੇਟਸ ਨਹੀਂ ਤੇਰੇ ਕੋਲ ਗ੍ਰੀਨ ਕਾਰਡ ਨਹੀਂ ਆਏ ਕਿਵੇਂ ਮਿਲ ਗਈ
मैं क्या मैनू तो मिल गई चलो जी आप अमरीका घूमना सी अगले दिन तो ही यार गैस स्टेशन पर जो गैस स्टेशन पर गया जी उ जलंधर के सी बंदे तो उन्होंने मैनू पुतांगू ही रखे तो उ मैं कम किया शुरू किया पहले दिन जो गया कह मैं जी की कुछ हों मैं दसन लग गए भी इतने अपने आ कैश रजिस्टर का काम हों इतें आ ग्रोसरी लानी होंगी इतों ऐ करना हों कम मैं सीख गया तो पहले दिन ही मैं जो खड़ा उत्थे रजिस्टर ते दो घंटा बाद लत्तां दुखन लग गई मैं क्या जी कुर्सी करसी कहते जी कुर्सी नहीं होंगी इतने इतने खड़के काम करना पैदा मैं क्या जी खड़के का मतलब कहते जिन्ने चिर की ड्यूटी है खड़ना पऊगा बड़ा छापा पै गया हूँ खड़े तो कदे है नहीं सीगे चलो जी पहले दिन मैं तो घड़ी देख लिया करा फिर वो कर लिया करा घड़ी देख लिया करा फिर कर लिया करा अठ घंटे कड़े खड़के ते जी बस रोन नहीं उत्थे निकलिया होर कोई कसर नहीं रही घरे चलिया गया जाके उत्थे रोवां भी आ तां यार नवां ही पंगा हो गया रोना इस गल का नहीं सी भी अज दुखी होए रोना इस गल का सी भी कल नूं फिर यही पंगा करना चलो जी करते करते अगले दिन चले गए फिर दो घंटे तो चार घंटे टप गए मेरे चार घंटे बाद लत्तां दुखन लगियां हौली 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 मैं इन्ना हैबिचुअल हो गया भी उत्थे मैं सोलह सोलह सतारह सतारह घंटे काम किया तो खड़े ही कर देंदे सी कोई उत्थे ओह नहीं सीगा करदे करदे जी मेरी रात की ड्यूटी होंदी सी शामी छे बजे स्टार्ट होंदी सी ते सवेरे नौ बजे तक होंदी सीगी पंद्रह घंटे की मेरी शिफ्ट सीगी तो मैं रात नूं बैठा कंप्यूटर दे उत्ते आपदा एक दिन मैं रेजमे बना के आपदा पाता भी आई एम इंजीनियर तो भी मेरा इन्ना एक्सपीरियंस है कर करा के वैसे ही पाता वो पाया जी एक कंपनी ने वह रेजमे चक लिया वो कंपनी सीगी लेज़र कंपनी सीगी जिहड़ी कि अपने हार्ट का ऑपरेशन डेंटल ऑपरेशन करने वाले लेज़र बनते हैं वो कंपनी सीगी तो उन्होंने मैंने इंटरव्यू पर बुलाया भी तुसी इंटरव्यू पर आ जाओ मैं मेरे गैस स्टेशन वाले भाई नूं कहा मैं कहा भाई गल ये है भी मैं एक नौकरी मिलती है भी जे तुसी कहो तो मैं इंटरव्यू दे आवां वो कहिंदा यार जे साडे नालों वध कोई पैसे दिंदा तो तू बग जा मतलब बहुत चंगे बंदे सीगे ते मैं जी इंटरव्यू ते चलिया गया उत्ते उन्होंने गांह जाके कहिंदे जी ओके तुहाडा सर्टिफिकेट दिखाओ सर्टिफिकेट अपने कोल किहड़ा होना है जे इंजीनियरिंग की हो तो सर्टिफिकेट होगा मैं कहा जी सर्टिफिकेट तो सारे पिंड पे है कहिंदे तुसी ऐ करो भी ਕਿਹੜੀ ਇੰਜੀਨੀਅਰਿੰਗ ਕੀਤੀ ਹੈ ਤੁਹਾਡੀ ਮੈਂ ਕਿਹਾ ਜੀ ਇੰਜੀਨੀਅਰਿੰਗ ਜਿਹੜੀ ਸਿੰਪਲ ਇੰਜੀਨੀਅਰਿੰਗ ਹੈ ਉਹ ਇੰਜੀਨੀਅਰਿੰਗ ਕੀਤੀ ਹੈ ਉਹ ਕਹਿੰਦੇ ਕਿਹੜੀ ਮਕੈਨੀਕਲ ਇਲੈਕਟ੍ਰੀਕਲ ਕੈਮੀਕਲ ਕਿਹੜੀ ਹੈ ਆਪਾਂ ਨੂੰ ਜਦੋਂ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਂ ਕਿਹਾ ਸਾਡੇ ਤਾਂ ਇੱਕੋ ਹੀ ਹੁੰਦੀ ਹੈ ਇੰਡੀਆ 'ਚ ਕਰ ਕਰਾ ਕੇ ਉਹਨਾਂ ਨੇ ਵੀ ਲਾ ਲਿਆ ਸਾਹਿਬ ਵੀ ਹੈ ਉਹ ਤਾਂ ਇਹਦੇ ਕੋਲ ਕੁਛ ਨਹੀਂ ਹੈਗਾ ਤਾਂ ਜੀ ਚਲੋ ਕਰਦੇ ਕਰਾਉਂਦੇ ਇਸ ਪੁਆਇੰਟ 'ਤੇ ਪਹੁੰਚੇ ਮੈਂ ਕਿਹਾ ਜੀ ਗੱਲ ਇਹ ਹੈ ਵੀ ਮੈਂ ਉੱਥੋਂ ਸੌ ਕਿਲੋਮੀਟਰ ਆਲਮੋਸਟ ਤੋਂ ਜਾ ਕੇ ਇੰਟਰਵਿਊ ਦੇਣ ਗਿਆ ਸੀ ਮੈਂ ਕਿਹਾ ਜੀ ਤੁਸੀਂ ਐਂ ਕਰੋ ਵੀ ਤੁਸੀਂ ਮੈਨੂੰ ਇੱਕ ਵਾਰੀ ਦਿਖਾ ਦਿਓ ਤੁਸੀਂ ਕਰਦੇ ਕੀ ਹੋ ਜੇ ਤੁਸੀਂ ਉਹ ਕਰ ਦੋਗੇ ਤਾਂ ਫਿਰ ਮੈਂ ਉਹ ਚੀਜ਼ ਬਣਾ ਦੂੰਗਾ ਉਹ ਕਹਿੰਦਾ ਵੀ ਬੋਸ ਕਹਿੰਦਾ ਇੱਕ ਉੱਥੋਂ ਇੰਜੀਨੀਅਰ ਨੂੰ ਬੁਲਾਇਆ ਜਿਹੜਾ ਕਿ ਸੁਪਰਵਾਈਜ਼ਰ ਸੀਗਾ ਤਾਂ ਉਹਨੂੰ ਕਹਿੰਦਾ ਵੀ ਇਹਨੂੰ ਦਿਖਾ ਵੀ ਕੀ ਕਰਦੇ ਉਹਨੇ ਮੈਨੂੰ ਦਿਖਾਇਆ ਵੀ ਅਸੀਂ ਆਹ ਲੇਜ਼ਰ ਬਣਾਉਂਦੇ ਇਹਦੇ ਨਾਲ ਆਏ ਹੁੰਦਾ ਜਾਂ ਆਏ ਹੁੰਦਾ ਸਾਰਾ ਕਰ ਕਰਕੇ ਤਾਂ ਮੈਂ ਆ ਕੇ ਕਿਹਾ ਜੀ ਮੈਂ ਕਿਹਾ ਮੈਂ ਇਹ ਲੇਜ਼ਰ ਬਣਾ ਸਕਦਾ ਉਹ ਕਹਿੰਦਾ ਤੈਨੂੰ ਇੰਨਾ ਪਤਾ ਹੈ ਵੀ ਇਹਦੇ ਵਿੱਚ ਕਿੰਨੇ ਪਾਰਟ ਪੈਂਦੇ ਆ ਮੈਂ ਕਿਹਾ ਹਾਂ ਜੀ ਇਹ 'ਚ 356 ਪਾਰਟ ਪੈਂਦੇ ਆ ਬੋਸ ਬੜਾ ਹੈਰਾਨ ਹੋ ਗਿਆ ਕਹਿੰਦਾ ਵੀ ਤੈਨੂੰ ਕੀ ਪਤਾ 356 ਪਾਰਟ ਪੈਂਦੇ ਆ ਮੈਂ ਕਿਹਾ ਮੈਂ ਦੇਖਿਆ ਉਹਨੇ ਦੇਖ ਲਿਆ ਵੀ ਜੇ ਬੰਦੇ ਨੇ ਇੰਨੇ ਬਰੀਕੀ 'ਚ ਦੇਖ ਲਿਆ ਉਹਨੇ ਕੀ ਕੀਤਾ ਸੀ ਉਹਨੇ ਮੈਨੂੰ ਸ਼ੋਅ ਕੀਤਾ ਸੀਗਾ ਵੀ ਆਹ ਸਾਰੇ ਪਾਰਟ ਲੇਜ਼ਰ ਦੇ ਵਿੱਚ ਪੈਂਦੇ ਅਤੇ ਉੱਥੇ ਇੱਕ ਨੰਬਰ ਆਏ ਕਰਕੇ ਉੱਥੇ ਥੱਲੇ ਤੱਕ 356 ਲਿਖੇ ਹੋਏ ਸੀਗੇ
ਆਪਾਂ ਬਸ ਉਹ ਲਾਸਟ ਵਾਲਾ ਨੰਬਰ ਦੱਸਤਾ ਤਾਂ ਉਹ ਉਹਨੂੰ ਕਹਿੰਦਾ ਜਿਹੜਾ ਸੁਪਰਵਾਈਜ਼ਰ ਸੀ ਕਹਿੰਦਾ ਮੈਨੂੰ ਇਹ ਬੰਦਾ ਇੰਟੈਲੀਜੈਂਟ ਲੱਗਦਾ ਅਤੇ ਆਪਾਂ ਨੂੰ ਇਹਨੂੰ ਚਾਂਸ ਦੇਣਾ ਚਾਹੀਦਾ ਉਹ ਕਹਿੰਦਾ ਸਰ ਆਪਾਂ ਇੱਥੇ 15 ਜਣੇ ਕੰਮ ਕਰਦੇ ਹਾਂ 15 ਜਣਿਆਂ ਨੂੰ ਆਲਮੋਸਟ 20-20 ਸਾਲਾਂ ਤੋਂ ਉੱਤੇ ਹੋ ਗਿਆ ਕੰਮ ਕਰਦਿਆਂ ਨੂੰ ਇੱਥੇ ਅਤੇ ਵੀ ਕੋਈ ਵੀ ਬੰਦਾ ਇੰਜੀਨੀਅਰ ਤੋਂ ਘੱਟ ਜੋਬ 'ਚ ਨਹੀਂ ਹੈਗਾ ਇਹ ਬੰਦਾ ਕਿਵੇਂ ਕਰ ਦੂਗਾ ਕਹਿੰਦਾ ਯਾਰ ਟਰਾਈ ਕਰਨ 'ਚ ਕੀ ਹਰਜ ਹੈ ਕਹਿੰਦਾ ਮੈਨੂੰ ਕਹਿੰਦਾ ਤੂੰ ਬਣਾ ਦੇਗਾ ਮੈਂ ਕਿਹਾ ਜੀ ਬਣਾ ਦੂੰਗਾ ਕਹਿੰਦਾ ਵੀ ਇਹਨੂੰ ਸਮਾਨ ਦੇ ਦਿਓ ਉਹਨੇ ਜੀ ਮੈਨੂੰ ਸਮਾਨ ਦਿੱਤਾ ਅਤੇ ਮੈਂ ਉਹ ਜੋੜ ਤੋੜ ਕੇ ਲੇਜ਼ਰ ਬਣਾ ਤਾ ਉਹ ਲੇਜ਼ਰ ਜੀ 15 ਵਾਟ ਦਾ ਸੀ ਉਹਨੂੰ ਲੇਜ਼ੀ 15 ਕਹਿੰਦੇ ਸੀਗੇ ਅਤੇ ਉਹਦਾ ਕਦੇ ਵੀ 14 ਵਾਟ ਤੋਂ ਵੱਧ ਕਰੰਟ ਅੱਜ ਤੱਕ ਨਿਕਲਿਆ ਹੀ ਨਹੀਂ ਸੀਗਾ ਤਾਂ ਉਹਨੇ ਮੈਨੂੰ ਜਦੋਂ ਚੈੱਕ ਕੀਤਾ ਜੀ ਉਹ ਮੇਰਾ ਲੇਜ਼ਰ ਉਹਦਾ ਜਿਹੜਾ ਕਰੰਟ ਸੀ ਉਹ 18 ਵਾਟ ਕਰੰਟ ਨਿਕਲ ਰਿਹਾ ਸੀ ਤਾਂ ਉਹਨੇ ਸੋਚਿਆ ਵੀ ਸ਼ਾਇਦ ਗਲਤੀ ਹੋ ਗਈ ਉਹਨੇ ਦੁਬਾਰਾ ਚੈੱਕ ਕੀਤਾ ਤਾਂ 18 ਵਾਟ ਨਿਕਲ ਰਿਹਾ ਸੀ ਉਹ ਜਾ ਕੇ ਬੋਸ ਨੂੰ ਕਹਿੰਦਾ ਕਹਿੰਦਾ ਇਹ ਲੇਜ਼ਰ 18 ਵਾਟ ਕਰੰਟ ਕੱਢ ਰਿਹਾ ਉਹ ਕਹਿੰਦਾ ਪੋਸੀਬਲ ਨਹੀਂ ਹੈਗਾ ਉਹਨੇ ਵੀ ਆਪਦੇ ਆ ਕੇ ਬੋਸ ਨੇ ਵੀ ਚੈੱਕ ਕੀਤਾ ਤਾਂ ਬਾਕੀ ਉਹ 18 ਵਾਟ ਸੀ ਉਹ ਕਹਿੰਦਾ ਤੂੰ ਇਹ ਲੇਜ਼ਰ ਦੁਬਾਰਾ ਬਣਾ ਦੇਗਾ ਮੈਂ ਕਿਹਾ ਜਦੋਂ ਇੱਕ ਵਾਰੀ ਬਣਾ ਦਾ ਦੂਜੀ ਵਾਰੀ ਬਣਾ ਦੂੰਗਾ ਤਾਂ ਜੀ ਉਹਨੇ ਮੈਨੂੰ ਕੌਨਫਰੰਸ ਰੂਮ 'ਚ ਲੈ ਗਿਆ ਜਿੰਨੇ ਉਹਦੇ ਕੋਲ 14 ਦੇ 14 ਇੰਜੀਨੀਅਰ ਸੀਗੇ ਉਹ ਸਾਰੇ ਮੇਰੇ ਅਰਾਊਂਡ ਬਿਠਾ ਤੇ ਅਤੇ ਮੈਨੂੰ ਵਿਚਾਲੇ ਬਿਠਾ ਕੇ ਕਹਿੰਦਾ ਆਹ ਚੱਕ ਸਮਾਨ ਅਤੇ ਇਹਨੂੰ ਬਣਾ ਦੇ ਚਲੋ ਜੀ ਮੈਂ ਬਣਾਉਣਾ ਸ਼ੁਰੂ ਕਰਤਾ ਉਹ ਜਿਹੜੇ ਬੰਦੇ ਨੇ ਮੈਨੂੰ ਦੱਸਿਆ ਸੀਗਾ ਵੀ ਐਂ ਬਣਦਾ ਤਾਂ ਜਦੋਂ ਮੈਂ ਬਣਾ ਰਿਹਾ ਸੀ ਤਾਂ ਉਹਦੇ ਵਿੱਚ ਇੱਕ 14 ਗੇਜ ਦੀ ਸਿਮ ਸੀਗੀ ਜਿਹਦੀ ਥਾਂ 'ਤੇ ਮੈਂ ਗਲਤੀ ਨਾਲ 16 ਗੇਜ ਪਾ ਰਿਹਾ ਸੀ ਉਹ ਕਹਿੰਦਾ ਨਹੀਂ ਨਹੀਂ ਇੱਥੇ ਕਹਿੰਦਾ 14 ਗੇਜ ਦੀ ਪਊ ਮੈਂ ਕਿਹਾ ਜੇ ਤਾਂ ਯਾਰ ਉਹਦੇ ਨਾਲ ਦਾ ਬਣਵਾਉਣਾ ਫਿਰ ਤਾਂ ਤੂੰ ਚੁੱਪ ਕਰ ਜਾ ਅਤੇ ਜੇ ਤੇਰੇ ਹਿਸਾਬ ਨਾਲ ਬਣਾਉਣਾ ਤਾਂ ਮੈਂ ਇੱਥੇ ਦੀ ਪਾ ਦਿੰਦਾ ਬੋਸ ਕਹਿੰਦਾ ਉਹਨੂੰ ਕਹਿੰਦਾ ਤੂੰ ਚੁੱਪ ਕਰ ਜਾ ਇਹਨੂੰ ਬਣਾਉਣ ਦੇ ਜਦੋਂ ਜੀ ਉਹਨਾਂ ਨੇ ਦੁਬਾਰਾ ਲੇਜ਼ਰ ਉਹ ਟੈਸਟ ਕੀਤਾ ਉਹ ਵੀ 18 ਵਾਟ ਕਰੰਟ ਕੱਢੇ ਉਹਨਾਂ ਨੇ ਆਪਦੀ ਪ੍ਰੋਸੀਜਰ ਬੁੱਕ ਲਿਆਂਦੀ ਪ੍ਰੋਸੀਜਰ ਬੁੱਕ ਲਿਆ ਕੇ ਉਹਨੂੰ ਕੱਟਿਆ ਉਹ ਕੱਟ ਕੇ ਜਿਹੜੀ ਥਾਂ 'ਤੇ 14 ਗੇਜ ਦੀ ਸਿਮ ਹੁੰਦੀ ਸੀ ਉਹਦੀ ਥਾਂ 'ਤੇ 16 ਕੀਤੀ ਅਤੇ ਉੱਥੇ ਮੇਰੇ ਸਾਈਨ ਕਰਾਏ ਵੀ ਇਸ ਬੰਦੇ ਦੀ ਇਹ ਕਾਰਡ ਹੈ ਅਤੇ ਇਸ ਕਰਕੇ ਇਹ ਜਿਹੜਾ ਲੇਜ਼ਰ ਹੈ ਅੱਜ ਤੋਂ ਲੇਜ਼ੀ 15 ਤੋਂ ਲੈ ਕੇ ਲੇਜ਼ੀ 18 ਇਹਦਾ ਨਾਮ ਰੱਖਿਆ ਜਾਊਗਾ ਤਾਂ ਉਹ ਮੇਰੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਸੀਗੀ ਵੀ ਜਿਹੜਾ ਉਹਨਾਂ ਨੇ ਆਪਦੇ ਪ੍ਰੋਸੀਜਰ ਦੇ ਵਿੱਚ ਚੇਂਜ ਕੀਤਾ ਅਤੇ ਨਾਲ ਹੀ ਉਹਨਾਂ ਨੇ ਮੈਨੂੰ ਜੋਬ ਔਫਰ ਕਰਤੀ ਕਹਿੰਦੇ ਵੀ ਤੈਨੂੰ ਅਸੀਂ $10 ਘੰਟੇ ਦੇ ਦੇਵਾਂਗੇ ਤੂੰ ਆ ਜਾ ਮੈਨੂੰ ਵੀ ਉਹ ਲਾ ਲਿਆ ਹਿਸਾਬ ਮੈਂ ਕਿਹਾ ਵੀ ਇਹਨਾਂ ਦਾ ਮੇਰੇ ਬਿਨਾਂ ਸਰਨਾ ਨਹੀਂ ਹੈਗਾ ਅਤੇ ਮੈਂ ਕਿਹਾ ਜੀ $10 ਤਾਂ ਮੈਂ ਉੱਥੇ ਗੈਸ ਸਟੇਸ਼ਨ 'ਤੇ ਲਈ ਜਾਂਦਾ ਹਾਲਾਂਕਿ ਮੈਨੂੰ ਉੱਥੇ $7 ਮਿਲਦੇ ਸੀਗੇ ਅਤੇ ਵੀ ਜੇ ਕੋਈ ਢੰਗ ਦਾ ਵੱਧ ਹੋਊਗਾ ਤਾਂ ਮੈਂ ਇਹ ਜੋਬ ਤੁਹਾਡੀ ਲਊਂਗਾ ਉਹ ਕਹਿੰਦਾ ਜੀ ਤੈਨੂੰ ਅਸੀਂ 12 ਦੇ ਦਿੰਦੇ ਹਾਂ ਮੈਂ ਕਿਹਾ ਨਾ ਜੀ ਕਰਦੇ ਕਰਾਉਂਦੇ ਜੀ ਮੈਂ ਉੱਥੋਂ ਇਹ ਕਹਿ ਕੇ ਆਪਦਾ ਵਾਪਸ ਆ ਗਿਆ ਗੈਸ ਸਟੇਸ਼ਨ 'ਤੇ ਉਹਨਾਂ ਦਾ ਫੋਨ ਆਇਆ ਫੋਨ ਆਇਆ ਤਾਂ ਮੈਨੂੰ ਕਹਿੰਦੇ ਵੀ ਤੂੰ ਚੁੱਪ ਕਰਕੇ ਆ ਜਾ ਤੈਨੂੰ $14 ਘੰਟੇ ਦੇ ਦੇਵਾਂਗੇ ਅਤੇ ਮੈਂ ਕਿਹਾ ਜੀ ਠੀਕ ਹੈ ਮੈਂ ਉੱਥੇ ਚਲਿਆ ਗਿਆ ਜੀ ਅਤੇ ਜਾ ਕੇ ਉਹਨਾਂ ਨੂੰ ਦੱਸਿਆ ਆਪਣੇ ਨੂੰ ਗੈਸ ਸਟੇਸ਼ਨ ਵਾਲਿਆਂ ਨੂੰ ਕਿ ਮੈਨੂੰ ਉੱਥੇ ਜੀ $14 ਅਤੇ ਜੋਬ ਮਿਲਦੀ ਹੈ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਉੱਥੇ ਵਗ ਜਾ ਉਹ $7 ਦਿੰਦੇ ਮੇਰੇ 'ਤੇ ਦੁੱਗਣੀ ਹੋ ਗਈ ਸੀ ਤਨਖਾਹ ਉਹ ਕਹਿੰਦੇ ਜੀ ਸਾਨੂੰ ਤਾਂ ਫਿਰ $7 ਤੇ ਬੰਦਾ ਮਿਲ ਜੂਗਾ ਅਤੇ ਤੂੰ ਜਾ ਆਪਦਾ ਪਰ ਇੰਨਾ ਕੁ ਕਰ ਜਾ ਵੀ ਸਾਨੂੰ 10 ਦਿਨ ਦੇ ਦੇ 10 ਦਿਨ ਅੱਜ ਤੂੰ ਸਾਡਾ ਬੰਦਾ ਟ੍ਰੇਨਡ ਕਰ ਜਾ ਵੀ ਉਹਨਾਂ ਨੇ ਇੱਕ ਬੰਦਾ ਹਾਇਰ ਕੀਤਾ ਉਹਨੂੰ ਮੈਂ 10 ਦਿਨਾਂ 'ਚ ਟ੍ਰੇਨਡ ਕੀਤਾ ਅਤੇ ਉੱਥੋਂ ਬੜਾ ਪਿਆਰ ਨਾਲ ਉਹ ਜੋਬ ਛੱਡੀ ਅੱਜ ਤੱਕ ਉਹ ਮੇਰੇ ਰਿਲੇਸ਼ਨ 'ਚ ਨੇ ਬੰਦੇ ਜਿੰਨੀਆਂ ਵੀ ਮੈਂ ਜੋਬਸ ਕੀਤੀਆਂ ਹਰ ਬੰਦਾ ਮੇਰੇ ਰਿਲੇਸ਼ਨ 'ਚ ਹੈ ਕਿਤੇ ਵੀ ਗੁੱਸੇ ਨਾਲ ਜਾਂ ਲੜ ਕੇ ਜਾਂ ਕਿਤੇ ਨਾਲ ਉਹ ਕਰਕੇ ਨਹੀਂ ਛੱਡੀ ਹੈਗੀ ਕਰਦੇ ਕਰਾਉਂਦੇ ਮੈਂ ਉੱਥੋਂ ਜੋਬ ਛੱਡ ਕੇ ਜਦੋਂ ਮੈਂ ਉਹਨਾਂ ਕੋਲ ਪਹਿਲੇ ਦਿਨ ਜੁਆਇਨ ਕੀਤਾ ਜਾ ਕੇ ਜੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਸਟਾਰਟ ਕਰ ਲਓ ਜੀ ਮੈਂ ਕਿਹਾ ਜੀ ਸਟਾਰਟ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਅੱਗੇ ਵਧਣ ਦੀ ਕੀ ਹੈ ਮੈਨੂੰ ਤੁਸੀਂ $14 ਤਾਂ ਦੇ ਤੇ ਇੱਦੋਂ ਅਗਲਾ ਸਟੈਪ ਕੀ ਹੈ ਕਹਿੰਦੇ ਜੇ ਤੂੰ ਰੋਜ਼ ਦੇ 2 ਲੇਜ਼ਰ ਵੀ ਬਣਾਈ ਜਾਏਗਾ ਤੈਨੂੰ ਅਸੀਂ $14 ਦੇ ਜਾਵਾਂਗੇ ਮੈਂ ਕਿਹਾ ਜੀ 3 ਬਣਾ ਤੇ ਕਹਿੰਦੇ ਉਹ ਤੇਰੀ ਸ਼ਾਬਾਸ਼ੀ ਆ ਮੈਂ ਕਿਹਾ ਜੀ 4 ਬਣਾ ਤੇ ਕਹਿੰਦਾ ਜੇ ਐਡਾ ਹੀ ਤੂੰ ਫਾਸਟ ਹੋਇਆ ਤਾਂ ਤੈਨੂੰ ਅਸੀਂ $14 ਕਰ ਦਾਂਗੇ ਮੈਂ ਕਿਹਾ ਜੀ 4 ਤੋਂ 6 ਬਣਾ ਤੇ ਉਹ ਕਹਿੰਦੇ ਇੰਨੇ ਕੋਈ ਬਣਾ ਹੀ ਨਹੀਂ ਸਕਦਾ ਜਿਹੜੇ ਬੰਦੇ ਆਹ ਕੰਮ ਕਰ ਰਹੇ ਨੇ ਇਹਨਾਂ ਨੇ ਅੱਜ ਤੱਕ ਕਦੇ 3 ਲੇਜ਼ਰਾਂ ਤੋਂ ਵਧੇ ਹੀ ਨਹੀਂ ਜਿਹੜੇ 14-14 ਸਾਲਾਂ ਦੇ ਕੰਮ ਕਰ ਰਹੇ ਆ ਜਾਂ 20-20 ਸਾਲਾਂ ਦੇ ਕੰਮ ਕਰ ਰਹੇ ਆ ਉਹੀ ਨਹੀਂ ਕਦੇ ਵਧੇ ਅਤੇ ਤੂੰ ਇੰਨੇ ਕਿੱਥੋਂ ਬਣਾ ਦੇਗਾ ਮੈਂ ਕਿਹਾ ਵੀ
फिर भी तुसी दसो, कहते जे तू इन्ना ही स्मार्ट होया ना उदो बाद साडे कोल स्टेज है भी असी लेजर असैम्बलिंग तो लेजर टैसटिंग च लै जाने जिहदी कि $20 तो स्टार्ट होंदी है। पे जी उहदे विच की हुंदा है, कहिंदे उह च इक बंदा दो लेजर टैसट करदा है वध तो वध, इदो वध कर ही नहीं सकदा। मैं कहा जी उह कहिंदे कहिंदे इक लेजर की जिहड़ी रीडिंग है वह ली जाती है हर एक 15-15 मिनटा, तो वह 4 घंटे रीडिंग लेंदे हैं, फिर 4 घंटे तो बाद दूजा टैसट करदे हैं, वह 4 घंटे वह 8 घंटे की शिफ्ट होंदी, 8 घंटे तो वध आपां उह नहीं करते है। मैं कहा जी जे फिर भी कहिंदे यार तू गल्लां ही करेगा कि कोई कम भी करेगा, मैं कहा जी ठीक है चलो जी। मैं कम करना स्टार्ट किया, पहले ही दिन मैं 3 लेजर बनाए, वो बड़ा बोस खुश होया भी है तू बहुत वधिया कम कर रहे हैं, तो वो कर रहे हैं। दूजे दिन जी मैं 4 लेजर बनाए, करते कराते एक वीक दे विच मैं 12-12 लेजर बनाउण लग गया जी, कल्ला बंदा। ता वो 12 लेजर दा मतलब सी मैं 4 बंदिया दा कल्ला बंदा कम कर रहा सीगा, तां इह उन्हां वास्ते बड़े सरप्राइज़ दी गल सीगी भी जिहड़े इन्ने इन्ने सालां दे कम कर रहे उह 3 लेजरां तों वध नहीं बना रहे, तो यह बंदा कल्ला 12 लेजर किवें बना सकदा है। वो जिहड़े बंदे ने मैनू सिखाया सी वह सारे गोरे सीगे, उत्थे मैं कल्ला ही सीगा इंडियन, तो मेरे नाल जैलस करन लग गए भी इन्हें साल ने साडा ओवर टाइम मारता, भी किहड़े बंदे 3-4 बंदिया ने कम करना वह कल्ला बंदा करी जांदा, तो वह मेरे तो जैलस करन लग गए। जैलस करन लग गए तां वह जिहड़े मैं लेजर बनाया करा उन्हां नूं खराब कर दिया करे ते रख दिया करे, बॉस नूं जाके कहिंदा जी इह काल करदा बहुत, तो यह लेजर वध बनाउण दे चक्करां दे विच ना खराब करी जांदा। मैनूं बॉस ने बुलाया, वह कहिंदा यार मैं तेरे तों वैसे ही बहुत खुश है, तू 3 ही बना दिया कर पर वधिया बनाया कर। मैं कहा जी सारे वधिया हुंदे आ, कहिंदा जी वह कहिंदा खराब हुंदे आ। मैं कहा तुसीं ऐं करो जी सवेरे तुसीं मेरे कोल आ के बहि जाओ ते मैं लेजर बनाऊंगा ते तुसीं मेरे अखां दे सामने टैसट करा दिओ। उही गल हुई जी, नैक्सट डे बॉस आ के मेरे कोल बहि गया, मैं लंच टाइम तक ही 8 लेजर बनाते। मैं कहा जी मैं 16 भी बना सकता, हजे अद्धा टाइम होया, थोड़ा मैं टाइम ज़्यादा खराब नहीं करता, तुसीं 8 लेजर टैसट करा दो, जे इहदे चों एक भी खराब होया मैं पिछली भी तनखाह छड्डी ते अगली भी छड्डी। चलो जी टैसट किया, सारे ही लेजर उही 18-18 वाट करंट ते 8 दे 8 पास। कहिंदा ठीक है, कहिंदा मेरे कोल दफ्तर च आ जाओ। मैं दफ्तर च गया, कहिंदा की गल की है। मैं कहा जी गल ये है भी मैं थोड़ा खाधा नून मैं हराम नहीं कर सकता, जिन्ना मैं कम कर सकता मैं उन्ना ही करूँगा, मैं घट नहीं करता। इन्हों बंद यह प्रॉब्लम है भी मैं ज़्यादा बनाने करके इन्हों का ओवर टाइम खत्म हो गया, ये कहें भी तू जे इन्ने बनाई गया तो ओवर टाइम नहीं अपन मिलना, मैं गद्दारी नहीं कर सकता, मैं अज कढ़ दो। उस बंदे ने मेरी इन्नी रिस्पैक्ट की, हर एक बंदे उत्थे जी पंचिंग कार्ड मिलता है अंदर आने वेले भी टाइम होंदा ते जाण वेले भी टाइम होंदा, तो वह मैनू कहिंदा भी तू जिहड़े टाइम मर्जी आ तेरे मर्जी जा तेरे उत्ते कोई बॉस नहीं तू आपदी उहदा ओन है। ये मेरे वास्ते बहुत प्राउड की गल सी भी एक बंदे 20-20 सालों के उत्ते कम कर रहे तो वह तो हजे भी पंच आउट कर रहा, तो मैं 6 महीनों का बंदा आया होया उन्हां सारयां दे उत्तों दी है, तो मेरी उन्होंने तनखाह वधा के $20 करती। हुण पहला बनाउण वाले 4 बंदे सीगे, अगे टैसट करन वाले 3-4 बंदे सीगे, कम उन्हों का चली जाते। हूँ मैं बनाने वाला मैं कला है, टैसट करने वाले 6 बंदे है, फिर भी उन्होंने तो पूरा नहीं आ रहा, उत्थे तंगा लगन लग गई। जदों लगन लग गई जी तो हूँ बॉस उन्होंने गल पैन लग गया भी तुम कम क्यों नहीं करते, वो कहते असी तो आपका उन्ना ही कम करते हैं पर यह बना ही बहुत है हूँ करिए। चलो जी मैं बॉस ने बुलाया, कहता भी मैं तेन अपग्रेड करके लेजर टैसटिंग ले जाना चाहना, ये हो सकता तू उत्थे भी कुछ ना कुछ यहोजा करें जेड़ा इत्थे अज तक नहीं किया, तू इत्थे करता तो उत्थे भी करेगा। मैं कहा जी ठीक है। मैनू जी टैसटिंग लैके गए, उत्थे जिवें तुहानू दस्या मैं 2 ही लेजर एक बंदा वध तो वध टैसट कर सकता क्योंकि 4-4 घंटिया का उहदा पीरियड हुंदा, तो मैं 4 दिनों के विच उह 2-2 लेजर टैसट करन लग गया। मैनू बॉस कहिंदा, मैं बॉस कोल गया, मैं कहा बॉस मैं रोज़ के 4 लेजर भी टैसट कर सकदा। कहिंदा तू घंटे किवें वधाएगा? मैं कहा मैं घंटे नहीं वधाउंदा, जे मेरे ते तैनूं विश्वास है तो मैनूं एक वर्क स्टेशन होर दे दे। एक वर्क स्टेशन बनाउण ते ऑलमोस्ट $2,00,000 लगता सी, तां उहने आपदे सारी टीम बुलाई जिन्नी भी मैनेजमेंट टीम सी, कहिंदे भी मैं इहदे ते विश्वास बहुत करदा, इह कोई ना कोई नवां जगाड़ कढ़ूगा ते मैं इहदे ते इनवैसटमेंट करना चाहुंदा। सारे कहिंदे सी भी तू ना कर क्योंकि बहुत वड्डी इनवैसटमेंट है। चलो लोंग स्टोरी शोर्ट जी, उन्हें मैंने एक वर्क स्टेशन बनाता, हूँ मैं 1 लेजर इधर टैसट करनी तो लाता,
ਅਤੇ ਉਹਦੀ ਰੀਡਿੰਗ ਲੈ ਲਈ ਤਾਂ ਇੰਨੇ ਦੇ ਮੀਨ ਟਾਈਮ ਜਿਹੜੇ 15 ਮਿੰਟ ਸੀ 15 ਮਿੰਟ ਮੈਂ ਦੂਜੇ ਪਾਸੇ ਲੇਜਰ ਲਾਤਾ ਦੂਜੇ ਵਰਕ ਸਟੇਸ਼ਨ 'ਤੇ ਉਹਦੀ ਰੀਡਿੰਗ ਸਟਾਰਟ ਕਰਤੀ 15 ਮਿੰਟ ਉਹਦੀ ਕਰਦੇ 15 ਮਿੰਟ ਉਹਦੇ ਕਰਦੇ ਦੋ ਦੋ ਲੇਜਰ ਇੱਕੋ ਹੀ ਟਾਈਮ 'ਤੇ ਟੈਸਟ ਹੋਣ ਲੱਗ ਗਏ ਤਾਂ 4 ਲੇਜਰ ਆਟੋਮੈਟਿਕ ਹੋ ਗਏ ਤਾਂ ਬੋਸ ਮੇਰੇ ਤੋਂ ਇੰਨਾ ਖੁਸ਼ ਹੋਇਆ ਮੇਰੀ ਤਨਖਾਹ ਵਧਾ ਕੇ $30 ਘੰਟੇ ਦੀ ਕਰਤੀ ਅਤੇ ਜਿਹੜੇ ਬੰਦੇ ਉੱਥੇ 14-14 ਸਾਲਾਂ ਦੇ ਕੰਮ ਕਰਦੇ ਸੀ ਕਿਸੇ ਬੰਦੇ ਦੀ ਤਨਖਾਹ $22 ਤੋਂ ਵੱਧ ਨਹੀਂ ਸੀਗੀ ਅਤੇ ਇੰਨੇ ਇੰਨੇ ਐਕਸਪੀਰੀਅੰਸ ਵਾਲੇ ਬੰਦੇ ਚਲੋ ਜੀ ਮੈਂ ਆਪਦਾ ਕੰਮ ਕਰ ਰਿਹਾ ਸੀ ਤਾਂ ਇੱਕ ਸਾਡਾ ਇੱਕ ਵੈਰੀ ਸੀਨੀਅਰ ਇੰਜੀਨੀਅਰ ਸੀ ਆਲਮੋਸਟ 70 ਸਾਲਾਂ ਦੀ ਉਹਦੀ ਉਮਰ ਸੀਗੀ ਉਹਦਾ ਕੰਮ ਹੀ ਇਹ ਹੁੰਦਾ ਸੀਗਾ ਵੀ ਨਵੀਂ ਇਨਵੈਸ਼ਨਸ ਕਰਨਾ ਤਾਂ ਉਹ ਇੱਕੋ ਲੇਜ਼ਰ 'ਤੇ ਕੰਮ ਕਰ ਰਿਹਾ ਸੀਗਾ ਜਿਹੜਾ ਕਿ 50 ਕਿਲੋਵਾਟ ਦਾ ਲੇਜ਼ਰ ਸੀਗਾ ਜਿਹੜੀਆਂ ਵੱਡੀਆਂ ਵੱਡੀਆਂ ਆਪਣੀਆਂ ਮੋਟੀਆਂ ਸ਼ੀਟਾਂ ਹੁੰਦੀਆਂ ਲੋਹੇ ਦੀਆਂ ਉਹਨਾਂ ਨੂੰ ਕੱਟਣ ਵਾਸਤੇ ਲੇਜ਼ਰ ਤਾਂ ਉਹ ਲੇਜ਼ਰ ਦਾ ਜਿਹੜਾ ਕਰੰਟ ਹੈ 50 ਵਾਟ ਹੋਣਾ ਚਾਹੀਦਾ ਸੀ ਅਤੇ ਉਹਨੂੰ ਉਸ ਕੰਮ ਕਰਦੇ ਹੋਏ ਉਹਦੇ 'ਤੇ 3 ਸਾਲ ਹੋ ਗਏ ਸੀ ਤਾਂ ਉਹਦੀ ਜਿਹੜੀ ਪਾਵਰ ਹੈ ਮੈਕਸੀਮਮ 30-32-32 'ਤੇ ਰਹਿ ਰਹੀ ਸੀਗੀ ਤਾਂ ਪਤਾ ਲੱਗਦਾ ਸੀ ਵੀ ਇਹ ਬੰਦਾ ਆਉਂਦਾ ਕੰਮ ਕਰਦਾ ਇੱਥੇ ਮਿਹਨਤ ਕਰਦਾ ਚਲਾ ਜਾਂਦਾ ਇੱਕ ਦਿਨ ਲੰਚ ਟਾਈਮ ਦੇ ਵਿੱਚ ਮੈਂ ਆਪਦੇ ਬੈਂਚ ਤੋਂ ਉੱਠ ਕੇ ਉਹਦੇ ਬੈਂਚ 'ਤੇ ਬੈਠ ਗਿਆ ਮੈਂ ਕਿਹਾ ਯਾਰ ਇਹ ਕਰਦਾ ਕੀ ਹੈ ਤਾਂ ਉਹ ਮੈਂ ਕਿਤੇ ਉਹ ਜਦੋਂ 'ਤੇ ਕੰਮ ਕਰਨ ਲੱਗਿਆ ਨਾ ਜੀ ਉਹਦੇ ਅੱਗੇ ਜਿਹੜਾ ਮੀਟਰ ਲੱਗਿਆ ਸੀ ਉਹਦਾ ਪੜਾਕਾ ਪੈ ਗਿਆ ਉਹ ਮੀਟਰ ਹੀ ਘੱਟੋ ਘੱਟ $10,000 ਦਾ ਹੋਊਗਾ ਆਪਾਂ ਡਰ ਗਏ ਮੈਂ ਕਿਹਾ ਵੀ ਹੁਣ ਤਾਂ ਕੰਮ ਗੜਬੜ ਹੋ ਗਿਆ ਮੈਂ ਉੱਥੋਂ ਭੱਜ ਕੇ ਆਪਦੇ ਬੈਂਚ 'ਤੇ ਆ ਗਿਆ ਜਦੋਂ ਉਹ ਆਇਆ ਆ ਕੇ ਦੇਖਿਆ ਵੀ ਮੇਰੇ ਤਾਂ ਮੀਟਰ ਦਾ ਧੂੰਆਂ ਨਿਕਲ ਗਿਆ ਕਹਿੰਦਾ ਕਿਹਨੇ ਕੀਤਾ ਇਹ ਕੰਮ ਉਹ ਜਿਹੜੇ ਮੇਰੇ 'ਤੇ ਲੱਗਦੇ ਸੀ ਉਹਨਾਂ ਨੇ ਕਰਤੀ ਉਂਗਲ ਵੀ ਇਹ ਬੰਦੇ ਨੇ ਕੀਤਾ ਇਹ ਬੈਠਾ ਸੀ ਤੇਰੇ ਉਸ 'ਤੇ ਮੈਨੂੰ ਕਹਿੰਦਾ ਹਾਂ ਵੀ ਤੂੰ ਮੇਰੇ ਬੈਂਚ 'ਤੇ ਕਿਉਂ ਗਿਆ ਮੈਂ ਕਿਹਾ ਮੈਂ ਤਾਂ ਊਂ ਚੈੱਕ ਕਰਦਾ ਸੀ ਵੀ ਕੀ ਕਰ ਰਹੇ ਹੋ ਤੁਸੀਂ ਕਹਿੰਦਾ ਤੂੰ ਮੇਰੇ ਨਾਲੋਂ ਬਾਹਲਾ ਸਿਆਣਾ ਮੈਨੂੰ ਅਜੇ ਤਾਂ 3 ਸਾਲ ਹੋ ਗਏ ਮਿਹਨਤ ਕਰਦੇ ਤੂੰ ਮੇਰੀ 1 ਸੈਕਿੰਡ ਦੇ ਵਿੱਚ ਸਾਰੀ ਮਿਹਨਤ ਖਰਾਬ ਕਰਤੀ ਤੂੰ ਆਹ ਮਚਾ ਤਾ ਤਾਂ ਸਾਡੀ ਬਹਿਸ ਚੱਲੀ ਗਈ ਤਾਂ ਮੈਂ ਉਹਨੂੰ ਫਿਰ ਇੱਕ ਕੁਐਸਚਨ ਕੀਤਾ ਮੈਂ ਕਿਹਾ ਜੀ ਮੱਚ ਕਿਉਂ ਗਿਆ ਕਹਿੰਦਾ ਓਬੀਅਸਲੀ ਕਹਿੰਦਾ ਉਹਨੂੰ ਉਹਦੇ ਪਾਵਰ ਵੱਧ ਗਈ ਅਤੇ ਮੈਂ ਕਿਹਾ ਇਹੀ ਤਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜੇ ਪਾਵਰ ਵੱਧ ਗਈ ਤਾਂ ਫਿਰ ਕੀ ਗੁਨਾਹ ਹੋ ਗਿਆ ਉਹਦਾ ਵੀ ਦਿਮਾਗ ਘੁੰਮ ਗਿਆ ਇਹ ਗੱਲ ਠੀਕ ਹੈ ਉਹ ਫਿਰ ਲਿਆਇਆ 50 ਵਾਲਾ ਟੈਸਟਿੰਗ ਵਾਲਾ ਉਹ ਵੀ ਮੱਚ ਗਿਆ ਫਿਰ ਉਹਨੇ ਬੋਸ ਨੂੰ ਬੁਲਾਇਆ ਬੋਸ ਨੂੰ ਕਹਿੰਦਾ ਇਹ ਬੰਦੇ ਨੇ ਮੇਰਾ ਸਾਰਾ ਸਿਸਟਮ ਛੇੜਤਾ ਬੋਸ ਕਹਿੰਦਾ ਤੈਨੂੰ ਕਿਹਨੇ ਕਿਹਾ ਮੈਂ ਕਿਹਾ ਜੀ ਕਿਹਾ ਕਿਸੇ ਨੇ ਨਹੀਂ ਮੈਂ ਉੱਥੇ ਸੀਗਾ ਪਰ ਮੇਰੀ ਵੀ ਤੁਸੀਂ ਇੱਕ ਗੱਲ ਸੁਣ ਲਓ ਵੀ ਉਹ 30 ਵਾਟ ਵਾਲਾ ਤੁਹਾਡਾ ਮੀਟਰ ਮੱਚ ਗਿਆ 50 ਵਾਲਾ ਮੱਚ ਗਿਆ ਤਾਂ ਮਤਲਬ ਕਿ ਇਹਦੀ 50 ਤੋਂ ਵੱਧ ਪਾਵਰ ਹੈ ਕਹਿੰਦਾ ਪੋਸੀਬਲ ਹੀ ਨਹੀਂ ਮੈਨੂੰ ਕਹਿੰਦਾ 3 ਸਾਲ ਹੋ ਗਏ ਅਤੇ ਤੂੰ ਕਹਿੰਦਾ 5 ਮਿੰਟਾਂ ਦੇ ਵਿੱਚ ਇਹਨੂੰ 50 ਤੋਂ ਵੱਧ ਪਾਵਰ ਕਿਵੇਂ ਕਰ ਚਲੋ ਜੀ ਉਹ 100 ਵਾਲਾ ਲਿਆਇਆ ਪਾਵਰ ਵਾਲਾ ਤਾਂ ਉਹਦੇ ਵਿੱਚ ਦੇਖਿਆ ਜਿਹੜੀ ਉਹਦੀ ਪਾਵਰ ਸੀਗੀ 62 ਸੀਗੀ ਤਾਂ ਦੇ ਵਰ ਵੈਰੀ ਸਰਪ੍ਰਾਈਜ਼ ਵੀ ਇਹ ਜਿਹੜਾ 3 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਇਹ ਬੰਦੇ ਨੇ 15 ਮਿੰਟਾਂ 'ਚ ਕਿਵੇਂ ਕੀਤਾ ਹੋਣਾ ਮੈਨੂੰ ਕਹਿੰਦਾ ਇਹ ਕਿਵੇਂ ਹੋ ਗਿਆ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਕਿਵੇਂ ਹੋ ਗਿਆ ਮੇਰੇ 'ਤੇ ਪਰਮਾਤਮਾ ਦੀ ਮਿਹਰ ਹੀ ਸੀਗੀ ਉਹ ਵੀ ਜਿਹੜਾ ਬੰਦਾ ਇੱਕ ਇੱਥੇ ਖੂਹ ਦੇ ਬੋਰ ਵਾਲੇ ਖੂਹ ਦੇ ਵਿੱਚ ਉਹ ਪਟਿਆਂ ਦੇ ਚੱਪੜ ਚੱਪੜ ਵੱਜ ਵੱਜ ਮੂੰਹ 'ਤੇ ਗਾਰਾ ਭਰਿਆ ਹੁੰਦਾ ਸੀਗਾ ਅਤੇ ਕੱਦੂ ਕਰੀ ਜਾਂਦੇ ਹੁੰਦੇ ਸੀ ਉਹ ਕਰੀ ਜਾਂਦੇ ਸੀ ਉਹ ਖੇਤਾਂ ਵਾਲੇ ਬੰਦੇ ਨੂੰ ਪਰਮਾਤਮਾ ਨੇ ਇੰਨਾ ਬਖਸ਼ਿਆ ਵੀ ਉਹ ਜਾ ਕੇ ਇੰਜੀਨੀਅਰ ਬਣਾਤਾ ਅਤੇ ਉਹ ਇੰਜੀਨੀਅਰ ਬਣਾਤਾ ਜਿਹੜੇ ਕਿ ਉੱਥੇ 14-14 ਸਾਲਾਂ ਦਾ ਕੰਮ ਕਰ ਰਹੇ ਉਹਨਾਂ ਨਾਲ ਦੁੱਗਣੀ ਪੇ ਹੈ ਅਤੇ ਉਹ ਪਾਵਰ ਲੇਜ਼ਰ ਜਿਹੜਾ ਸੀਗਾ ਜੀ ਉਹ $7,00,000 ਦਾ ਲੇਜ਼ਰ ਸੀਗਾ ਜੇ ਉਹ ਕਾਮਯਾਬ ਹੋ ਜਾਂਦਾ ਤਾਂ ਅਤੇ ਉਹ ਕਾਮਯਾਬ ਹੋ ਗਿਆ ਸੀਗਾ ਤਾਂ ਉਹ ਇੰਜੀਨੀਅਰ ਨੇ ਮੇਰੀ $40 ਘੰਟੇ ਪੇ ਕਰਤੀ ਉਹ ਕਹਿੰਦਾ ਵੀ ਤੂੰ ਆ ਕਿਸੇ ਵਾਸਤੇ ਕੰਮ ਨਹੀਂ ਕਰੇਗਾ ਸਿਰਫ ਮੇਰੇ ਸਪੈਸ਼ਲ ਲੇਜ਼ਰਾਂ ਦੇ ਉੱਤੇ ਤੂੰ ਕੰਮ ਕਰੇਗਾ ਮੈਨੂੰ ਬੋਸ ਬੁਲਾ ਕੇ ਕਹਿੰਦਾ ਮੈਂ ਤਾਂ ਔਡਰ ਲੈ ਲਿਆ ਮੈਨੂੰ ਔਡਰ ਮਿਲਦਾ 50 ਲੇਜ਼ਰਾਂ ਦਾ ਮੈਂ ਕਿਹਾ ਜੀ ਲੈ ਲਓ ਮੈਂ ਬਣਾ ਕੇ ਦੇਵਾਂਗਾ ਤੁਹਾਨੂੰ 60 ਤੋਂ ਉੱਤੇ ਦਾ ਚਲੋ ਜੀ ਸਾਡਾ ਕੰਮ ਉੱਧਰ ਚੱਲ ਪਿਆ ਤਾਂ ਮੈਂ ਹਜੇ ਮਿਡਲ 'ਚ ਹੀ ਸੀਗਾ ਇੰਨੇ ਦੇ ਵਿੱਚ ਮੇਰੇ ਬ੍ਰਦਰ ਦਾ 7:00 ਐਕਸੀਡੈਂਟ ਹੋ ਗਿਆ ਇਹਨੂੰ ਲਾਈਟ ਲੱਗ ਗਈ ਤਾਂ ਮੈਂ ਉੱਥੋਂ ਅਮੈਰੀਕਾ ਤੋਂ ਭੱਜ ਗਿਆ ਉਹਨੇ ਕੰਟਰੈਕਟ ਫੜ ਲਿਆ ਅਤੇ ਮੈਂ ਉੱਥੋਂ ਉਹਨਾਂ ਨੂੰ ਬਿਨਾਂ ਦੱਸੇ ਰਾਤੇ ਰਾਤ ਜਹਾਜ਼ ਫੜਿਆ ਅਤੇ ਇੰਡੀਆ ਆ ਗਿਆ ਇੰਡੀਆ ਆਇਆ ਤਾਂ ਮੈਂ ਦੇਖਿਆ ਵੀ ਇਹਦੇ ਕੋਈ ਬਚਣ ਦੇ ਚਾਂਸਿਸ ਨਹੀਂ ਹੈਗੇ ਮੈਂ ਇਹਨੂੰ ਚੱਕ ਕੇ ਕਦੇ ਗੰਗਾ ਰਾਮ 'ਚ ਲੈ ਗਿਆ ਕਦੇ ਕਿਤੇ ਲੈ ਗਿਆ ਤਾਂ ਪਰ ਇਹਦਾ ਇਲਾਜ ਕਿਤੇ ਨਹੀਂ ਸੀ ਮੈਂ ਪਹਿਲਾਂ ਆਉਣ ਸਾਰੀ ਟਰਾਈ ਕੀਤੀ ਵੀ ਇਹਨੂੰ ਮੈਂ ਅਮੈਰੀਕਾ ਲੈ ਜਾਂ ਉੱਥੇ ਮੈਂ ਅੰਬੈਸੀ ਅਪਲਾਈ ਕੀਤਾ ਉਹਨਾਂ ਨੇ ਵੀ ਅੱਗੇ ਡਾਕਟਰਾਂ ਨਾਲ ਕੰਸਲਟ ਕੀਤੀ ਇਹਦਾ ਕਿਤੇ ਕਿਸੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਇਲਾਜ ਨਹੀਂ ਸੀਗਾ ਤਾਂ ਅਮੈਰੀਕਾ ਵਾਲੇ ਕਹਿੰਦੇ ਵੀ ਸਾਡੇ ਕੋਲ ਇਹਦਾ ਇਲਾਜ ਨਹੀਂ ਤਾਂ ਉਹਨਾਂ ਨੇ ਇਹਦਾ ਵੀਜ਼ਾ ਰਿਫਿਊਜ਼ ਕਰਤਾ ਚਲੋ ਜਦੋਂ ਉਹਨੂੰ ਸਟੇਬਲ ਹੋਇਆ ਤਾਂ ਮੈਂ ਉਹਨਾਂ ਨੂੰ ਫੋਨ ਕੀਤਾ
ਤੇ ਉਹ ਲੇਜ਼ਰ ਦਾ ਜਿਹੜਾ ਟਾਈਮ ਸੀਗਾ ਉਹ ਸਿਰਫ ਇੱਕ ਮਹੀਨਾ ਹੀ ਰਹਿ ਗਿਆ ਸੀਗਾ ਜਿਹੜਾ ਉਹਨੇ ਕੰਟਰੈਕਟ ਫੜਿਆ ਸੀਗਾ। ਤਾਂ ਮੈਂ ਉਹਦੇ ਨਾਲ ਬੋਸ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੈਨੂੰ ਤਾਂ ਮਜਬੂਰੀ ਦੇ ਵਿੱਚ ਜਾਣਾ ਪੈ ਗਿਆ। ਕਹਿੰਦਾ ਮੈਨੂੰ ਬਹੁਤ ਕਰੋੜਾਂ ਦਾ ਨੁਕਸਾਨ ਹੋ ਜੂਗਾ, ਤੂੰ ਜਿਵੇਂ ਮਰਜ਼ੀ ਕਰ। ਅਤੇ ਆ ਮੈਂ ਇੱਥੋਂ ਫਲਾਈ ਕੀਤਾ, ਉੱਥੇ ਗਿਆ ਮੈਂ, ਉੱਥੇ ਮੈਂ ਕਿਹਾ ਵੀ ਮੈਂ ਕੋਈ ਗੱਲ ਨਹੀਂ ਮੈਂ ਉਹਨੂੰ ਭੁਗਤਾ ਦੂੰਗਾ ਮਹੀਨੇ ਦੇ ਵਿੱਚ ਵਿੱਚ। ਉਹ ਕਹਿੰਦਾ ਮਹੀਨੇ 'ਚ ਕਿਸੇ ਹਾਲਤ 'ਚ ਨਹੀਂ ਇਹ ਹੋ ਸਕਦਾ। ਮੈਂ ਕਿਹਾ ਤੂੰ ਕੀ ਲੈਣਾ, ਤੂੰ ਮੈਨੂੰ ਬੁਲਾਈ ਨਾ, ਮੈਨੂੰ ਸਮਾਨ ਪੂਰਾ ਹੋਣਾ ਚਾਹੀਦਾ। ਕਹਿੰਦਾ ਠੀਕ ਹੈ। ਮੈਂ ਉਹ ਸਮਾਨ ਮੈਨੂੰ ਉਹਨੇ ਦਿੱਤਾ, ਮੈਂ ਫਰਾਈਡੇ ਨੂੰ ਕੰਮ ਕੀਤਾ ਸਾਰਾ ਦਿਨ, ਸੈਟਰਡੇ ਸੰਡੇ ਦੀ ਸਾਡੀ ਛੁੱਟੀ ਹੁੰਦੀ ਸੀ, ਮੈਂ ਫਰਾਈਡੇ ਨੂੰ ਕੰਮ ਕਰੀ ਗਿਆ ਰਾਤ ਤੱਕ ਲੱਗਿਆ ਰਿਹਾ। ਬੋਸ ਕਹਿੰਦਾ ਹੁਣ ਤੂੰ ਵਗ ਜਾ, ਮੈਂ ਕਿਹਾ ਜੀ ਕੋਈ ਨਹੀਂ ਮੈਂ ਚਲਾ ਜਾਊਂਗਾ। ਮੇਰਾ ਇੰਨਾ ਫਰਾਈਡੇ ਦੀ ਵੀ ਰਾਤ ਟੱਪ ਗਈ, ਸੈਟਰਡੇ ਦਾ ਦਿਨ ਟੱਪ ਗਿਆ, ਸੈਟਰਡੇ ਦੀ ਰਾਤ ਟੱਪ ਗਈ, ਸੰਡੇ ਦੀ ਰਾਤ ਟੱਪ ਗਈ, ਮੰਡੇ ਤੱਕ ਮੈਂ ਲਗਾਤਾਰ 3-4 ਦਿਨ ਬਿਨਾਂ ਸੁੱਤੇ ਹੋਏ ਕੰਮ ਕਰੀ ਗਿਆ। ਜਦੋਂ ਮੰਡੇ ਨੂੰ ਬੋਸ ਆਇਆ, ਮੰਡੇ ਨੂੰ ਸਾਰੇ ਦੇ ਸਾਰੇ ਲੇਜ਼ਰ ਤਿਆਰ ਪਏ ਸੀ। ਤਾਂ ਉਹਦੇ ਵਾਸਤੇ ਮਤਲਬ ਕਿ ਇਹ ਸ਼ੌਕ ਸੀਗਾ ਵੀ ਇਹ ਕਿੱਥੋਂ ਲਿਆਇਆ, ਕੀ ਕੀਤਾ ਕੀ ਨਹੀਂ ਕੀਤਾ। ਉਹਨੂੰ ਇਹ ਸੀਗਾ ਵੀ ਸੈਟਰਡੇ ਸੰਡੇ ਦੀ ਤਾਂ ਛੁੱਟੀ ਹੈ ਅਤੇ ਵੀ ਮੰਡੇ ਤੋਂ ਕੰਮ ਸਟਾਰਟ ਕਰੂਗਾ। ਤਾਂ ਜਦੋਂ ਮੈਂ ਮੰਡੇ ਨੂੰ ਆਇਆ, ਪਹਿਲਾਂ ਤਾਂ ਕਹਿੰਦਾ ਤੂੰ ਮੇਰੇ ਨਾਲ ਗੱਲ ਨਾ ਕਰ, ਤੂੰ ਬਿਨਾਂ ਖਾਧੇ ਪੀਤੇ। ਉਹਨੇ ਆ ਕੇ ਕੈਮਰੇ ਚੈੱਕ ਕੀਤੇ, ਕੈਮਰਿਆਂ ਦੇ ਵਿੱਚ ਦੇਖਿਆ ਵੀ ਇਹ ਨਾ ਰਾਤ ਸੁੱਤਾ ਨਾ ਦਿਨ ਸੁੱਤਾ, ਨਾ ਰੋਟੀ ਖਾਧੀ ਹੈ, ਗਿਆ ਹੀ ਨਹੀਂ ਇੱਕ ਸੈਕਿੰਡ ਵੀ। ਮੈਨੂੰ ਕਹਿੰਦਾ ਤੂੰ ਇੱਥੋਂ ਹੁਣੀ ਭੱਜ ਜਾ ਅਤੇ ਮੇਰੇ ਨਾਲ ਹਜੇ ਗੱਲ ਨਾ ਕਰ, ਤੂੰ ਜਾ ਕੇ ਸੋ ਪਹਿਲਾਂ ਤਾਂ। ਜਾ ਕੇ ਸੁੱਤਾ, ਆਥਣੇ ਉਹਦੇ ਕੋਲ ਗਿਆ, ਕਹਿੰਦਾ ਯਾਰ ਮੈਂ ਇਹੋ ਜਿਹਾ ਬੰਦਾ ਕਦੇ ਨਹੀਂ ਦੇਖਿਆ। ਉਹ ਬੰਦੇ ਨੇ ਮੈਨੂੰ ਉਸ ਟਾਈਮ ਦੇ ਉੱਤੇ $20,000 ਦਾ ਮੈਨੂੰ ਬੋਨਸ ਦਿੱਤਾ, ਨਾਲ ਮੈਨੂੰ ਬਿਜ਼ਨਸ ਕਲਾਸ ਟਿਕਟ ਕਰਵਾ ਕੇ ਦਿੱਤੀ ਇੰਡੀਆ ਦੀ ਵੀ ਹੁਣ ਤੂੰ ਜਾ ਮੇਰੇ ਖਰਚੇ 'ਤੇ ਜਾ। ਫਿਰ ਮੈਂ ਇੰਡੀਆ ਆਇਆ, ਫਿਰ ਇਹਨੂੰ ਸੰਭਾਲਿਆ ਦੁਬਾਰਾ ਬ੍ਰਦਰ ਨੂੰ, ਫਿਰ ਉਦੋਂ ਬਾਅਦ ਫਿਰ ਮੈਂ ਦੁਬਾਰਾ ਉੱਥੇ ਗਿਆ। ਹੁਣ ਇਹਦੇ ਵਿੱਚ ਜੀ ਹੁਣ ਇਹ ਤੋਂ ਬਾਅਦ ਸਟੋਰੀ ਹੋਰ ਹਿਸਾਬ ਨਾਲ ਚੱਲਦੀ ਹੈ।